ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕਾਕਾ ਕੈਨੇਡਾ ਚੱਕੜਾ ਗਰੁੱਪ ਵੱਲੋਂ ਸੋ ਅੱਜ ਪਹੁੰਚੇ ਹਾਂ ਜੀ ਹਰਿਆਣੇ ਦੇ ਵਿੱਚ ਪਿੰਡ ਗੰਗਾ, ਬਾਈ ਜੀ ਰਾਹੁਲ ਗੰਗਾ ਦੇ ਘਰ। ਸੋ ਜਿੰਨੇ ਵੀ ਮੇਰੇ ਵੀਰ ਇਸ ਵੀਡੀਓ ਨੂੰ ਵੇਖ ਰਹੇ ਹੈ, ਸਾਡਾ ਇਹ ਚੈਨਲ ਪਹਿਲਾਂ ਸਭ ਤੋਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ, ਤਾਂ ਕਿ ਜਿਹੜੀ ਅਗਲੀ ਇਹਨਾਂ ਦਾ ਨੈਕਸਟ ਪਾਰਟ ਅਸੀਂ ਪਾਵਾਂਗੇ ਤੁਸੀਂ ਉਹ ਵੀ ਵੇਖ ਸਕੋ। ਸੋ ਆਓ ਅੱਜ ਮਿਲਾਉਂਦੇ ਹਾਂ ਤੁਹਾਨੂੰ ਬਹੁਤ ਹੀ ਵਧੀਆ ਸੀਨੀਅਰ ਪਲੇਅਰ, ਬਹੁਤ ਹੀ ਚੰਗੇ ਸੁਭਾਅ ਦੇ ਖਿਡਾਰੀ ਬਾਈ ਜੀ ਰਾਹੁਲ ਗੰਗਾ। ਹਾਂਜੀ ਰਾਹੁਲ ਜੀ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਠੀਕ ਹੋ ਜੀ? ਹਾਂਜੀ ਸਰ, ਬਹੁਤ ਵਧੀਆ ਜੀ, ਆਪਣੇ ਸਾਰੇ ਠੀਕ ਹੋ? ਠੀਕ ਹੋ ਜੀ। ਹਾਂਜੀ ਸਾਰੇ ਤੁਹਾਡੀ ਸਤਿ ਸ਼੍ਰੀ ਅਕਾਲ ਜੀ। ਇਹ ਫਾਦਰ ਤੁਹਾਡੇ? ਹਾਂਜੀ ਮੇਰੇ ਫਾਦਰ, ਇਹ ਮੇਰੀ ਬੇਟੀ ਹੈ ਜੀ। ਬੇਟੀ ਹੈ ਜੀ, ਗੁੜੀਆ। ਹੈਲੋ ਬੇਟਾ, ਆਏ ਉਹ ਦੇਖੋ ਉੱਧਰ, ਉਹ ਦੇਖੋ ਉਹ ਅੰਕਲ ਦੇਖੋ, ਉਹ ਅੰਕਲ ਕੀ ਕਰ ਰਹੇ ਆ? ਕੀ ਨਾਮ ਹੈ ਜੀ ਇਹਦਾ? ਗੁਰਸਿਫਤ। ਗੁਰਸਿਫਤ, ਹਾਂਜੀ ਲਓ ਜੀ ਗੁਰਸਿਫਤ ਜੀ, ਦੇਖੋ ਉੱਧਰ ਦੇਖੋ। ਤੁਹਾਡੀ ਸਾਰੀ ਕਾਕਾ ਕੈਨੇਡਾ ਚੱਕੜਾ ਗਰੁੱਪ ਟੀਮ ਦਾ ਜੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ, ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਸਾਰੇ ਵੀਰਾਂ ਦੇ ਰੂਬਰੂ ਹੋਣ ਦਾ। ਜੀਆਂ ਆਪ ਨੂੰ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆਓ ਜੀ ਕਰਦੇ ਹਾਂ ਆਪਾਂ ਗੱਲਾਂ ਬਾਤਾਂ ਬਾਈ ਜੀ ਰਾਹੁਲ ਨਾਲ। ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਪਹੁੰਚੇ ਹਾਂ ਜੀ ਆਪਾਂ ਹਰਿਆਣੇ ਦੇ ਵਿੱਚ ਗੰਗਾ ਪਿੰਡ, ਬਾਈ ਜੀ ਰਾਹੁਲ ਗੰਗਾ ਦੇ ਘਰ। ਅਤੇ ਆਓ ਉਹਨਾਂ ਨਾਲ ਕਰਦੇ ਹਾਂ ਆਪਾਂ ਕਬੂਤਰਬਾਜੀ ਦੀਆਂ ਅਤੇ ਉਹਨਾਂ ਦੀ ਜੀਵਨੀ ਬਾਰੇ ਗੱਲਾਂ। ਆਪਣੇ ਨਾਲ ਨੇ ਬਾਈ ਜੀ ਰਾਹੁਲ ਗੰਗਾ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਜੀ। ਹਾਂਜੀ ਸਭ ਤੋਂ ਜਿਹੜਾ ਪਹਿਲਾ ਸਵਾਲ ਆਪਣਾ ਹੁੰਦਾ ਹੈ ਬਚਪਨ ਬਾਰੇ, ਅਤੇ ਪੁੱਛਦੇ ਹਾਂ ਆਪਾਂ ਰਾਹੁਲ ਜੀ ਨੂੰ ਕਿ ਤੁਹਾਡਾ ਜਿਹੜਾ ਬਚਪਨ ਕਿੱਥੇ ਗੁਜ਼ਰਿਆ? ਬਚਪਨ ਜੀ ਮੇਰਾ ਥੋੜ੍ਹਾ ਜਿਹਾ ਨਾਨਕਿਆਂ ਨਾਲ ਵੱਧ ਲਗਾਵ ਸੀਗਾ ਜੀ। ਠੀਕ ਹੈ ਜੀ, ਅਤੇ ਬਚਪਨ ਮੇਰਾ ਜ਼ਿਆਦਾਤਰ ਨਾਨਕਿਆਂ ਪਰਿਵਾਰ ਉੱਥੇ ਗੁਜ਼ਰਿਆ, ਦੀਨਾ ਸਾਹਿਬ ਕਾਂਗੜ, ਜਿੱਥੋਂ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਜ਼ਫਰਨਾਮਾ ਲਿਖਿਆ ਸੀ ਜੀ। ਬੜੀ ਇਤਿਹਾਸਿਕ ਜਗ੍ਹਾ ਜੀ, ਬਚਪਨ ਮੇਰਾ ਮੇਰੇ ਨਾਨਕੇ ਕਾਂਗੜ ਦੇ ਵਿੱਚ ਗੁਜ਼ਰਿਆ ਜੀ। ਜੀ ਹਾਂਜੀ। ਦੱਸ ਦਈਏ ਕਿ ਇਹਨਾਂ ਦੇ ਜਿਹੜੇ ਮਾਮਾ ਜੀ ਆ ਸਰਦਾਰ ਗੁਰਪ੍ਰੀਤ ਸਿੰਘ ਕਾਂਗੜ, ਜੋ ਕਿ ਆਪਣੇ ਮੌਕੇ 'ਤੇ ਬਿਜਲੀ ਮੰਤਰੀ ਆ ਜੀ, ਤੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਤਾਂ ਤੁਹਾਨੂੰ ਅਸੀਂ ਤੁਹਾਡੇ ਮਾਮਾ ਜੀ ਜਿਹੜੇ ਕਿ ਮੰਤਰੀ ਬਣੇ ਆ। ਹਾਂਜੀ ਅਤੇ ਮਹਿਕਮਾ ਵੀ ਬਹੁਤ ਵਧੀਆ ਮਿਲਿਆ ਜੀ ਉਹਨਾਂ ਨੂੰ, ਸਾਡੀ ਟੀਮ ਵੱਲੋਂ ਕਾਕਾ ਕੈਨੇਡਾ ਚੱਕੜਾ ਗਰੁੱਪ ਦੀ ਟੀਮ ਵੱਲੋਂ ਬਹੁਤ ਬਹੁਤ ਵਧਾਈਆਂ। ਥੈਂਕ ਯੂ। ਅਤੇ ਤੁਹਾਡਾ ਜਨਮ ਕਿਹੜੇ ਸੰਨ 'ਚ ਹੋਇਆ? ਮੇਰਾ ਜੀ 1990 ਦੇ ਸ਼ਹਿਰ ਮੋਗੇ ਦੇ ਵਿੱਚ ਹੋਇਆ ਜੀ। ਹਾਂਜੀ। ਅਤੇ ਤੁਹਾਡੇ ਜਿਹੜੇ ਮੰਮੀ ਪਾਪਾ ਉਹਨਾਂ ਦਾ ਕੀ ਨਾਮ ਹੈ ਜੀ? ਮੇਰੇ ਫਾਦਰ ਦਾ ਨਾਂ ਜੀ ਪਰਮਪਾਲ ਸਿੰਘ ਹੈ ਜੀ ਜੀ, ਮਦਰ ਦਾ ਨਾਂ ਕਮਲਜੀਤ ਕੌਰ ਹੈ ਜੀ। ਹਾਂਜੀ। ਅਤੇ ਕਿੰਨੇ ਭੈਣ ਭਰਾ ਹੋ ਤੁਸੀਂ? ਮੈਂ ਜੀ, ਮੇਰੇ ਇੱਕ ਵੱਡੇ ਸਿਸਟਰ ਹੈ ਜੀ, 3 ਸਾਲ ਵੱਡੇ ਆ ਮੇਰੇ ਤੋਂ, ਪਟਿਆਲੇ ਮੈਰਿਡ ਆ ਜੀ, ਸ਼ਹਿਰ 'ਚ ਹੀ ਰਹਿੰਦੇ ਆ, ਅਤੇ ਮੈਂ, ਦੋ ਹੀ ਭੈਣ। ਤੁਹਾਡੀ ਵੀ ਮੈਰਿਜ ਪਿੱਛੇ ਜੇ ਹੋਈ ਆ? ਹਾਂਜੀ, ਮੇਰੀ ਮੈਰਿਜ ਨੂੰ ਹੋ ਗਏ 2.5 ਸਾਲ ਜੀ। ਬੜੀ ਖੁਸ਼ੀ ਦੀ ਗੱਲ ਹੈ ਕਿ ਵੀਰ ਨੇ ਲਵ ਮੈਰਿਜ ਜਿਹੜੀ ਹੈ ਕਰਵਾਈ ਸੀ। ਹਾਂਜੀ। ਸੋ ਜਿਹੜਾ ਇਹਨਾਂ ਦਾ ਹਮ ਸਫ਼ਰ ਹੈ ਬਹੁਤ ਵਧੀਆ ਇਹਨਾਂ ਨੂੰ ਮਿਲਿਆ ਜੀ, ਕਾਫੀ ਗੱਲਾਂ ਬਾਤਾਂ ਵੀਰ ਕਰਦੇ ਰਹਿੰਦੇ, ਕਿਉਂਕਿ ਮੈਂ ਦੇਖਦਾ ਰਹਿੰਦਾ ਪਿਕਚਰਾਂ, ਕਿਉਂਕਿ ਜਿਹੜੇ ਹਮਸਫ਼ਰ ਜਿਹੜੇ ਵੀ ਵੀਰਾਂ ਨੂੰ ਵਧੀਆ ਮਿਲੇ ਆ ਉਹਨਾਂ ਦੇ ਘਰ, ਮਤਲਬ ਜਦੋਂ ਵੀ ਖਿਡਾਰੀ ਵੀਰ ਆਉਂਦੇ ਆ ਚਾਹ ਪਾਣੀ ਦਾ ਹੋਰ ਪ੍ਰਬੰਧ ਬਹੁਤ ਵਧੀਆ, ਸੁਣਦੇ ਆ ਵੀ ਬੜਾ ਵਧੀਆ ਸੀਗਾ, ਕਿਉਂਕਿ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਹਮਸਫ਼ਰ ਹੈ ਤੁਹਾਡਾ ਬਹੁਤ ਵਧੀਆ ਵਧੀਆ। ਮੁਬਾਰਕ ਹੈ ਇਸ ਚੀਜ਼ ਦੀਆਂ ਵੀ ਤੁਹਾਨੂੰ। ਥੈਂਕ ਯੂ। ਉਸ ਤੋਂ ਬਾਅਦ ਆਪਾਂ ਆਉਂਦੇ ਹਾਂ ਜੀ ਪੜ੍ਹਾਈ ਲਿਖਾਈ 'ਤੇ। ਹਾਂਜੀ। ਪੜ੍ਹਾਈ ਲਿਖਾਈ ਤੁਸੀਂ ਕਿੱਥੋਂ ਕੀਤੀ? ਪੜ੍ਹਾਈ ਲਿਖਾਈ ਜੀ ਜ਼ਿਆਦਾਤਰ ਤਾਂ ਮੇਰੀ ਸਕੂਲਿੰਗ ਚੰਡੀਗੜ੍ਹ ਦੀ ਹੈ, YPS ਮੋਹਾਲੀ ਜੀ। ਠੀਕ ਹੈ ਜੀ। ਫਿਰ ਅਸੀਂ ਪੜ੍ਹਾਈ ਵਾਸਤੇ ਹੀ, ਮੇਰੇ ਸਿਸਟਰ ਸ਼ਿਮਲੇ ਪੜ੍ਹਦੇ ਸੀ, ਮੈਂ ਚੰਡੀਗੜ੍ਹ ਸੀਗਾ, ਹੋਸਟਲ 'ਚ ਹੀ ਸੀਗੇ ਜੀ। ਫਿਰ ਅਸੀਂ ਪਿੰਡੋਂ ਸ਼ਿਫਟ ਕਰ ਗਏ ਸੀ ਬਠਿੰਡੇ ਜੀ। ਫਿਰ ਉਹ ਸਿਸਟਰ ਨੂੰ ਬਠਿੰਡੇ ਪੜ੍ਹਨ ਲਾਇਆ ਤਾਂ ਫਿਰ ਮੈਨੂੰ ਵੀ ਉੱਥੇ ਹੀ ਲਾ ਲਿਆ ਸੀਗਾ, ਸੇਂਟ ਜ਼ੇਵੀਅਰਸ ਬਠਿੰਡਾ ਜੀ। ਮੇਰੀ ਜ਼ਿਆਦਾਤਰ ਸਕੂਲਿੰਗ ਉੱਥੋਂ ਦੀ ਹੈ, ਅਤੇ ਉਦੋਂ ਬਾਅਦ ਦੁਬਾਰਾ ਫਿਰ ਮੈਂ ਚੰਡੀਗੜ੍ਹ ਜਾ ਕੇ ਆਪਦੀ ਗ੍ਰੈਜੂਏਸ਼ਨ ਕੀਤੀ ਜੀ, DAV ਕਾਲਜ ਸੈਕਟਰ 10 ਜੀ। ਉਸ ਤੋਂ ਬਾਅਦ ਮੈਂ ਯੂਨੀਵਰਸਿਟੀ ਰਿਹਾ 3 ਸਾਲ, ਉੱਥੇ ਪਬਲਿਕ ਐਡਮਿਨਿਸਟ੍ਰੇਸ਼ਨ ਦੀ MA ਕੀਤੀ ਜੀ। ਉਸ ਤੋਂ ਬਾਅਦ ਮੈਂ ਪਿੰਡ ਆ ਗਿਆ ਸੀਗਾ, ਆਪਦੇ ਸ਼ੌਂਕ ਮਾਰਾ ਹੀ ਮੈਂ ਪਿੰਡ ਆ ਗਿਆ ਸੀ ਜੀ। ਹਾਂਜੀ। ਦੂਸਰੇ ਜਿਹੜੇ ਤੁਹਾਡੇ ਮਾਮਾ ਜੀ ਆ? ਹਾਂਜੀ। ਸਰਦਾਰ ਪ੍ਰੀਤ ਸਿੱਧੂ ਲਹਿਰਾ ਤੋਰਕੋਟ, ਕਾਕਾ ਕੈਨੇਡਾ। ਹਾਂਜੀ। ਅਤੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ? ਹਾਂਜੀ। ਉੱਥੋਂ ਜਿਹੜਾ ਹੁਣ ਆਪਾਂ ਗੱਲਬਾਤ ਕਰਦੇ ਸ਼ੌਕ ਦੀ, ਉੱਥੋਂ ਤੁਹਾਨੂੰ ਸ਼ੌਕ ਲੱਗਿਆ ਜਾਂ ਕਿਸੇ ਹੋਰ ਆਂਢੀ ਗੁਆਂਢੀ ਤੋਂ ਕਬੂਤਰਬਾਜੀ ਦਾ ਜਿਹੜਾ ਸ਼ੌਕ ਲੱਗਿਆ?
ਸ਼ੌਂਕ ਜੀ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਵੀ ਮੇਰਾ ਬਚਪਨ ਨਾਨਕਾ ਪਰਿਵਾਰ 'ਚ ਕਿੱਥੇ ਗੁਜ਼ਰਿਆ ਜੀ, ਅਤੇ ਸਾਡੇ ਘਰਾਂ ਦੇ ਵਿੱਚੋਂ ਮੇਰੇ ਨਾਨਾ ਜੀ ਲੱਗਦੇ ਸੀ ਜੀ ਛੋਟਾ ਕਾਂਗੜਾ ਜੀ, ਮਤਲਬ ਕਾਫੀ ਫੇਮਸ ਖਿਡਾਰੀ ਸੀਗੇ ਜੀ, ਉਹ ਬਾਬਾ ਜੀ ਰੋਡੇ ਦੇ ਚੇਲੇ ਸੀ ਜੀ, ਤੋਂ ਛੋਟੇ ਹੁੰਦੇ ਅਸੀਂ ਕਬੂਤਰ ਉੱਡਦੇ ਉੱਡਦੇ ਦੇਖਦੇ ਅਤੇ ਉੱਥੇ ਉਹਨਾਂ ਦੇ ਘਰ ਜਾ ਉੜਨ ਜੀ, ਸ਼ੌਂਕ ਥੋੜ੍ਹਾ ਥੋੜ੍ਹਾ ਉੱਥੋਂ ਜਾਗਣ ਲੱਗ ਗਿਆ ਜੀ। ਉਸ ਤੋਂ ਬਾਅਦ ਮੇਰੇ ਮਾਸੀ ਦਾ ਬੇਟੇ ਤੁਸੀਂ ਮਿਲੇ ਹੀ ਹੋ ਐਸ ਡੀ ਓ ਸਾਹਿਬ ਨੂੰ ਬਰਾੜ ਨੂੰ ਜੀ, ਇਹਨਾਂ ਦਾ ਪਿੰਡ ਆਲਮਾਲਾ ਜੀ, ਜੰਟੇ ਬਾਈ ਦੇ ਘਰ ਦੇ ਨਾਲ ਘਰ ਸੀ ਜੀ, ਇਹ ਬਾਈ ਪਿੰਡ ਜਾਂਦਾ ਮੈਥੋਂ ਵੱਡਾ ਸੀ 4 ਸਾਲ, ਤਾਂ ਮੈਨੂੰ ਗੱਲਾਂ ਬਾਤਾਂ ਸੀ ਕਰਦੇ ਕਿਉਂਕਿ ਸਾਡਾ ਜ਼ਿਆਦਾਤਰ ਬਚਪਨ ਦੋਵਾਂ ਦਾ ਇਕੱਠਿਆਂ ਦਾ ਗੁਜ਼ਰਿਆ। ਕਿਉਂਕਿ ਤੁਹਾਡੇ ਜਿਹੜੇ ਮਾਸੀ ਜੀ ਹੈ ਉਹ ਪਿੰਡ ਆਲਮਾਲੇ, ਸਰਦਾਰ ਗੁਰਜੰਟ ਸਿੰਘ ਆਲਮਾਲਾ ਜੀ ਦਾ ਜੋ ਪਿੰਡ ਹੈ, ਇਹਨਾਂ ਦੇ ਮਾਸੀ ਜੀ ਉੱਥੇ ਹੈ, ਜਮਾਂ ਕੰਧ ਨਾਲ ਹੀ ਕੰਧ ਹੈ ਜੀ, ਤੋ ਉੱਥੋਂ ਬਾਈ ਤੋਂ ਗੱਲਾਂ ਸੁਣਦੇ ਰਹਿੰਦੇ ਬਾਈ ਗੁਰਜੰਟ ਸਿੰਘ ਆਲਮਾਲਾ ਦੀਆਂ ਵੀ ਅੱਜ ਉੱਥੇ ਬਾਜੀ ਜਿੱਤੀ ਉੱਥੇ ਜੀ, ਫਿਰ ਬੜਾ ਦਿਲ 'ਚ ਚਾਅ ਉੱਠਣੇ ਵੀ ਯਾਰ ਅਸੀਂ ਵੀ ਕਦੇ ਬਾਜੀਆਂ ਛੱਡਾਂਗੇ ਜਿੱਤਾਂਗੇ ਜੀ, ਫਿਰ ਕਬੂਤਰਾਂ ਦੀ ਪੂਰੀ ਮਤਲਬ ਚੱਸ ਹੋ ਗਈ ਸੀ ਵੀ ਰੱਖਾਂ। ਕਿੰਨੀ ਉਦੋਂ ਤੁਹਾਡੀ ਜਿਹੜੀ ਉਮਰ ਹੈ ਉਦੋਂ ਕਿੰਨੀ ਕੁ ਸੀਗੀ, ਪੜ੍ਹਾਈ ਲਿਖਾਈ ਕਰਦੇ ਹੋਵੋਗੇ ਉਸ ਟਾਈਮ? ਹਾਂਜੀ ਮੈਂ ਪੜ੍ਹਦਾ ਸੀਗਾ ਜੀ, ਮੈਨੂੰ ਲੱਗਦਾ ਮੈਂ ਕਬੂਤਰ ਦਾ ਜੀ ਮੈਂ 4th 'ਚ ਹੀ ਸੀਗਾ ਜਦੋਂ ਰੱਖ ਲਏ ਸੀ, ਜਦੋਂ ਮੈਂ ਵਾਈ ਪੀ ਐੱਸ ਗਿਆ ਮੋਹਾਲੀ, ਮੇਰੇ ਯਾਦ ਹੈ ਮੈਂ ਇੱਕ ਲੱਕਾ ਕਬੂਤਰ ਅਤੇ ਇੱਕ ਉੱਡਣ ਵਾਲੀ ਨਾਲ ਕਬੂਤਰੀ, ਉਹ ਪਹਿਲਾ ਜੋੜਾ ਮੈਂ ਮੁੱਲ ਲਿਆ ਸੀ 50 ਰੁਪਈਆਂ 'ਚ, ਉਦੋਂ ਇਹੀ ਰੇਟ ਹੁੰਦੇ ਸੀ, ਬੜਾ ਸ਼ੌਂਕ ਹੁੰਦਾ ਸੀ। ਅਤੇ ਚੰਡੀਗੜ੍ਹੋਂ ਮੇਰੇ ਦੋਸਤ ਵੀ ਮੈਨੂੰ ਛੇੜਦੇ ਵੀ ਜਦੋਂ ਮੈਂ ਫੋਨ ਕਰਨਾ ਘਰ, ਘਰਦਿਆਂ ਦਾ ਹਾਲ ਚਾਲ ਬਾਅਦ 'ਚੋਂ ਪੁੱਛਣਾ, ਪਹਿਲਾਂ ਮੇਰੇ ਕਬੂਤਰ ਦੱਸੋ ਵੀ ਕਿਵੇਂ ਹੈ। ਇੱਥੇ ਰੱਖੇ ਸੀ ਉਹ ਕਬੂਤਰ ਜਾਂ ਆਪਦੇ ਨਾਨਕੇ ਘਰੇ? ਨਹੀਂ, ਨਾਨਕੇ ਘਰੇ ਨਹੀਂ ਜੀ, ਕਿਉਂਕਿ ਮਾਮਾ ਜੀ ਮੇਰੇ ਜਿਹੜੇ ਮੰਤਰੀ ਸਾਹਿਬ ਆ ਉਹ ਕਬੂਤਰਾਂ ਦੇ ਮਤਲਬ ਖਿਲਾਫ਼ ਸੀ ਰੱਖਣ ਦੇ ਜੀ, ਉਹ ਨਹੀਂ ਰੱਖਣ ਦਿੰਦੇ ਸੀ ਜੀ। ਕਬੂਤਰ ਮੈਂ ਇੱਥੇ ਰੱਖੇ ਕਿਉਂਕਿ ਮੇਰੇ ਫਾਦਰ ਸਾਹਿਬ ਦੀ, ਮੇਰੇ ਦਾਦਾ ਜੀ ਦੀ, ਮੇਰੇ ਚਾਚੇ ਤਾਇਆਂ ਦੀ ਪੂਰੀ ਸਪੋਰਟ ਰਹੀ ਮੈਨੂੰ ਵੀ, ਕਦੇ ਕਿਸੇ ਨੇ ਰੋਕਿਆ ਨਹੀਂ ਸੀ। ਨਾਨਕੇ ਥੋੜ੍ਹੇ ਜਿਹੇ ਕਹਿੰਦੇ ਹੁੰਦੇ ਸੀ ਪੜ੍ਹ ਦਿਓ ਕੁਛ ਬਣ ਜਾਓ, ਵੀ ਕਬੂਤਰਾਂ 'ਚ ਕੀ ਪਿਆ, ਜਿਵੇਂ ਉਹ ਮਾਹੌਲ ਸੀਗੇ ਮਾਹੌਲ ਸੀ ਉਸ ਟਾਈਮ ਦਾ। ਅਤੇ ਇੱਧਰ ਰੱਖੇ ਹੁੰਦੇ ਸੀ ਜੀ ਕਬੂਤਰ, ਇੱਥੇ ਉਦੋਂ ਮੰਨ ਲਓ ਪਿੰਡ ਪਾਪਾ ਹੁੰਦੇ ਸੀ, ਅਸੀਂ ਬਠਿੰਡੇ ਹੁੰਦੇ ਸੀ, ਕਬੂਤਰ ਮੇਰੇ ਪਿੰਡ ਰੱਖੇ ਹੁੰਦੇ ਸੀ ਜੀ। ਅਤੇ ਅੰਕਲ ਜੀ ਬਾਰੇ ਵੀ ਕਾਫੀ ਸੁਣਿਆ ਵੀ ਉਹਨਾਂ ਨੂੰ ਕਾਫੀ ਸ਼ੌਂਕ ਹੈ ਕਬੂਤਰਾਂ ਦਾ ਪੂਰਾ, ਅਤੇ ਹੋਰ ਵੀ ਕਈ ਉਹਨਾਂ ਨੇ ਇੱਥੇ ਜਾਨਵਰ ਰੱਖੇ ਹੋਏ ਆ? ਹਾਂ, ਪਾਪਾ ਨੂੰ ਸ਼ੌਂਕ ਹੈ ਜੀ, ਮੰਨ ਲਓ ਪਹਿਲਾਂ ਰੱਖੇ ਹੁੰਦੇ ਸੀ ਛੋਟੇ ਹੁੰਦੇ ਨੇ ਇਹਨਾਂ ਦੇ ਵੀ ਕਬੂਤਰ, ਹਾਂਜੀ, ਮੰਨ ਲਓ ਉਵੇਂ ਪ੍ਰੋਫੈਸ਼ਨਲ ਨਹੀਂ ਸੀ ਕਿਉਂ, ਉਦੋਂ ਬਾਜੀਆਂ ਬੂਜੀਆਂ ਘੱਟ ਹੁੰਦੀਆਂ ਸੀ ਜੀ, ਜ਼ਿਆਦਾਤਰ ਸਾਡੇ ਪਰਿਵਾਰ ਦੇ ਵਿੱਚ ਘੋੜੀਆਂ ਦਾ ਬੜਾ ਸ਼ੌਂਕ ਸੀ ਜੀ। ਮੇਰੇ ਦਾਦਾ ਜੀ ਸਰਦਾਰ ਜੀਤ ਸਿੰਘ ਗੁਜ਼ਰ ਗਏ ਆ ਸਾਲ ਹੋਇਆ, ਅਤੇ ਉਹਨਾਂ ਨੂੰ ਬੜਾ ਘੋੜੀਆਂ ਦਾ ਸ਼ੌਂਕ ਸੀਗਾ ਜੀ, ਸਾਡੇ 30-35 ਘੋੜੀਆਂ ਰੱਖੀਆਂ ਹੁੰਦੀਆਂ ਸੀ ਜੀ, ਕਬੂਤਰਾਂ ਵੱਲ ਨਹੀਂ ਕੋਈ ਇੰਨਾ ਸੀਗਾ, ਮੰਨ ਲਓ ਉਹਨੂੰ ਰੱਖੇ ਹੁੰਦੇ ਸੀ, ਮਤਲਬ ਜਿਹੜੀ ਕਬੂਤਰਾਂ ਦੀ ਸ਼ੁਰੂਆਤ ਉਹ ਮੈਂ ਹੀ ਕੀਤੀ ਆ। ਅਤੇ ਜਦੋਂ ਤੁਸੀਂ ਪ੍ਰੋਪਰ ਕਬੂਤਰ ਆਪਦੇ ਘਰ ਰੱਖ ਲਏ ਉਦੋਂ ਕਿੰਨੀ ਉਮਰ ਸੀ, ਕਿਹਦੇ ਤੋਂ ਕਬੂਤਰ ਲੈ ਕੇ ਆਏ ਸੀ? ਮੈਂ ਜੀ 2008 ਦੇ ਵਿੱਚ ਕਬੂਤਰ ਘਰ ਰੱਖ ਲਏ ਸੀ ਜੀ, ਗੰਗਾ ਪਿੰਡ। ਹਾਂ, ਗੰਗਾ ਪਿੰਡ ਇੱਥੇ ਆ ਕੇ, ਅਤੇ ਮੈਂ 2008 'ਚ ਚੰਡੀਗੜ੍ਹ ਗਿਆ ਜੀ ਪਲੱਸ ਟੂ ਕਰਕੇ, ਉਸ ਤੋਂ ਬਾਅਦ ਮੈਂ ਪਿੰਡ ਅਸੀਂ ਸ਼ਿਫਟ ਹੋ ਗਏ ਕਿਉਂ ਬਠਿੰਡੇ ਕੋਈ ਕੰਮ ਨਹੀਂ ਸੀਗਾ, ਵੀ ਪੜ੍ਹਨ ਵਾਸਤੇ ਰਹਿੰਦੇ ਸੀ, ਅਤੇ ਉਦੋਂ ਬਾਅਦ ਮੈਂ ਇੱਥੇ ਕਬੂਤਰ ਰੱਖ ਲਏ ਸੀ ਜੀ। ਪਹਿਲੇ ਕਬੂਤਰ ਮੈਂ ਸਾਡੇ ਪਿੰਡ ਨਾ ਜੀ ਰਿਸ਼ਤੇਦਾਰੀ ਹੈ ਮੁੰਡਾ ਆਜ਼ਾਦ ਮਿਠੜੀ ਜੀ, ਵਧੀਆ ਆਪਣੇ ਨਾਲ ਮੋਹ ਪਿਆਰ, ਆਪਣੇ ਸਾਹਮਣੇ ਘਰੇ ਉਹ ਵਿਆਹਿਆ, ਉਹ ਬਾਈ ਨਾਲ ਆਪਣਾ ਵਾਰਤਾਲਾਪ ਹੋਇਆ ਜੀ, ਉਹਦੇ ਨਾਲ ਦੋਸਤੀ ਪਈ, ਮੈਂ ਅਤੇ ਮੇਰਾ ਭਰਾ ਹੀ ਪਹਿਲੀ ਵਾਰੀ ਅਸੀਂ ਗਏ ਸੀ ਉਹਦੇ ਤੋਂ ਕਬੂਤਰ ਲੈ ਕੇ ਆਏ ਸੀ ਜੀ, ਜਾਂ ਮੈਂ ਕਬੂਤਰ ਸਭ ਤੋਂ ਪਹਿਲਾਂ ਲਿਆਇਆ ਸੀ ਆਪਦੇ ਮਾਸੀ ਦੇ ਬੇਟੇ ਤੋਂ, ਮਾਸੀ ਨੈਕਸਨ ਬਾਈ ਜੀ, ਇਹਦੇ ਤੋਂ ਲਿਆਉਂਦੇ ਸੀ। ਜਿਹੜੀ ਤੁਸੀਂ ਪਹਿਲੀ ਬਾਜੀ ਛੱਡੀ ਉਹ ਕਿਹੜੇ ਸਨ ਦੇ ਵਿੱਚ ਛੱਡੀ, ਕਿਹੜੇ 2008 ਦੇ ਵਿੱਚ ਹੀ ਬਾਈ ਜੀ ਬਾਜੀ ਛੱਡੀ ਪਿੰਡ ਹਰਾਜ ਆਪਦੇ ਘਰੋਂ, ਨੈਵਰਾਜ ਦੇ ਪਿੰਡ, ਅਤੇ ਦੂਸਰ ਦੀ ਬਾਜੀ ਹੋਈ ਸੀ, ਮੇਰਾ ਪਹਿਲੇ ਦਿਨ ਹੀ ਕਬੂਤਰ ਹਰ ਗਿਆ ਸੀ। ਹਾਂਜੀ, ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਆਪਣੇ ਸਿਲਸਿਲਾ ਬਾਜੀਆਂ ਦਾ ਜਾਰੀ ਰੱਖਿਆ, ਹਾਂਜੀ, ਅਤੇ ਜਿਹੜੀ ਜਿੱਤ ਪ੍ਰਾਪਤ ਕੀਤੀ ਉਹ ਕਿਹੜੇ ਪਿੰਡ ਅਤੇ ਕਿੱਥੇ ਕੀਤੀ ਜਿੱਥੋਂ ਲੋਕ ਜਾਣਨ ਲੱਗੇ ਰਾਹੁਲ ਗੰਗਾ ਨੂੰ? ਬਾਈ ਜੀ ਪਹਿਲੇ ਸਾਲ ਜਦੋਂ ਮੈਂ ਬਾਜੀਆਂ ਛੱਡੀਆਂ ਆਪਦੇ ਘਰੋਂ ਜੀ, ਮੇਰੇ ਮਾਮਾ ਜੀ ਕਾਕਾ ਕੈਨੇਡਾ ਉਹਨਾਂ ਨੇ ਮੈਨੂੰ ਬੜਾ ਸਹਾਰਾ ਲਾਇਆ ਜੀ, ਮੈਨੂੰ ਇਸ ਲਾਈਨ ਬਾਰੇ ਇੰਨਾ ਪਤਾ ਨਹੀਂ ਸੀ, ਜਾਂਦੇ ਸੀਗੇ ਪਰ ਇੰਨੀ ਗੇਮ ਬਾਰੇ ਜਾਂ ਹੋਰ ਚੀਜ਼ਾਂ ਬਾਰੇ ਕੋਈ ਨੌਲੇਜ ਨਹੀਂ ਸੀਗੀ, ਉਹਨਾਂ ਨੇ ਮੈਨੂੰ ਦੱਸਿਆ ਉਕਸਾਇਆ ਸਾਰਾ ਕੁਛ ਕੀਤਾ, ਤਾਂ ਮੈਂ ਪਹਿਲੇ ਸਾਲ ਬਾਜੀਆਂ ਛੱਡੀਆਂ, ਜਿੱਤਿਆ ਮੈਂ ਇੱਕੋ ਹੀ ਜੀ, ਪਿੰਡ ਬਖਤੂ ਬਖਤ, ਹਾਂਜੀ ਉੱਥੇ ਬਾਜੀ ਹੋਈ ਸੀਗੀ ਐਂਟਰੀ ਵਾਲੀ ਬਾਜੀ, ਮੈਂ ਕਿਸੇ ਦੀ ਐਂਟਰੀ ਲੈ ਕੇ ਕਬੂਤਰ ਛੱਡਿਆ ਅਤੇ ਚਾਰਾਂ ਨੇ ਸਾਂਝੀ ਕੀਤੀ ਆਪਣਾ, ਬਹੁਤ ਵਧੀਆ ਹੋ ਗਿਆ, ਉੱਥੋਂ ਬੜਾ ਚਾਅ ਹੋਇਆ ਵੀ ਪਹਿਲੀ ਬਾਜੀ ਜਿੱਤੇ ਆ, ਅਤੇ ਪਰ ਜਿੰਨੀਆਂ ਮੈਂ ਬਾਜੀਆਂ ਛੱਡੀਆਂ ਵਧੀਆ ਕਲੱਬ ਭਰ ਕੇ ਛੱਡੀਆਂ ਪਹਿਲੇ ਸਾਲ, ਮੇਰਾ ਕਬੂਤਰ ਦੂਜਾ ਜਾਂ ਤੀਜਾ ਹਾਰਦਾ ਰਿਹਾ, ਪਿੱਛੇ ਤੱਕ ਜਾਂਦਾ ਰਿਹਾ, ਪਤਾ ਲੱਗਣ ਲੱਗ ਗਿਆ ਸਾਰਿਆਂ ਨੂੰ ਵੀ ਇਹ ਵੀ ਕੋਈ ਬੰਦਾ ਹੈਗਾ ਰਾਹੁਲ ਵੀ ਜਿਹੜਾ ਕਬੂਤਰ ਰੱਖਦਾ ਅਤੇ ਬਾਜੀਆਂ ਛੱਡਦਾ।
ਜਿੱਥੋਂ ਤੁਹਾਡੀ ਪੂਰੀ ਪ੍ਰੋਪਰ ਪਹਿਚਾਣ, ਕੋਈ ਇਹੋ ਜਿਹੀ ਬਾਜੀ ਜਿੱਥੇ ਤੁਹਾਡਾ ਇਕੱਲਾ ਕਬੂਤਰ ਰਹਿ ਗਿਆ ਹੋਵੇ ਅਤੇ ਤੁਹਾਨੂੰ ਜਿਵੇਂ ਲੋਕਾਂ 'ਚ ਉਤਸ਼ਾਹ ਆਉਂਦਾ ਵੀ ਯਾਰ ਕਿਹੜੇ ਵੀਰ ਦਾ ਗੰਗਾ ਵਾਲਾ ਮੁੰਡਾ ਕੌਣ ਹੈ ਬਾਈ ਜੀ, ਕਿਹੜੀ ਬਾਜੀ ਸੀ? ਤੁਸੀਂ ਵੀ ਮੇਰੇ ਨੂੰ ਮਿਲਦੇ ਰਹੇ ਹੋ, ਬਾਜੀਆਂ 'ਚ ਆਪਾਂ ਇਕੱਠੇ ਹੁੰਦੇ ਰਹੇ ਹਾਂ, ਜ਼ਿਆਦਾਤਰ ਪਹਿਚਾਣ ਬਣੀ ਪਿੰਡ ਅਬਰਖਰਾਣੇ ਤੋਂ। ਅਬਰਖਰਾਣੇ, ਹਾਂਜੀ, ਮੈਨੂੰ 5 ਸਾਲ ਹੋ ਗਏ, ਮੈਂ ਇੱਕ ਵਾਰੀ ਵੀ ਅਬਰਖਰਾਣੇ 'ਚੋਂ ਹਰ ਕੇ ਨਹੀਂ ਆਇਆ ਜੀ। ਜੇ ਮੈਂ 2 ਕਬੂਤਰ ਛੱਡਿਆ ਤਾਂ ਮੇਰੇ ਦੋਵੇਂ ਜਿੱਤੇ ਆ। ਪਹਿਲੇ ਸਾਲ ਆਪਾਂ ਇਕੱਠੇ ਸੀ ਜਦੋਂ ਮੈਂ 2 ਕਬੂਤਰ ਛੱਡੇ ਆ ਜੀ, ਅਤੇ ਇੱਕ ਆਪਣੀ ਕਬੂਤਰੀ 8:45 ਬੈਠੀ ਸੀ, 5 ਵਜੇ ਬਾਜੀ ਨੇ ਬਣਾਈ। ਬਹੁਤ ਵੱਡੀ ਸੀ ਉਸ ਪਿੰਡ ਤੁਹਾਡੀ, ਉਹ ਕਬੂਤਰੀ ਤੋਂ ਆਪਣਾ ਰਿਕਾਰਡ ਬਣਿਆ ਸੀ। ਉਸ ਤੋਂ ਬਾਅਦ ਤਾਂ ਬਾਜੀਆਂ ਬਹੁਤ ਜਿੱਤੀਆਂ ਜੀ। ਅੱਜ ਤੁਹਾਡੇ ਕੋਲ ਜਿਹੜੀਆਂ ਨਸਲਾਂ ਬੈਠੀਆਂ, ਉਹ ਨਸਲਾਂ ਗਿਣਾਓ ਖਿਡਾਰੀ ਵੀਰਾਂ ਨੂੰ, ਕਿਹੜੀਆਂ ਕਿਹੜੀਆਂ ਨਸਲਾਂ ਬੈਠੀਆਂ ਤੁਹਾਡੇ ਅੱਜ ਖੁੱਡਿਆਂ ਦੇ, ਕਿਉਂਕਿ ਕਾਫੀ ਖੁੱਡੇ ਤੁਸੀਂ ਬਣਾਏ ਹੋਏ ਅਤੇ ਉਹ ਬਰੀਡ ਕਿਹੜੀ ਕਿਹੜੀ ਹੈ ਤੁਹਾਡੇ ਕੋਲ ਨਸਲ? ਬਾਈ ਜੀ, ਮੈਂ ਤੁਹਾਨੂੰ ਸਿੱਧੀ ਸਪਸ਼ਟ ਗੱਲ ਦੱਸਦਾ ਵੀ ਜਿਹੜੀਆਂ ਨਸਲਾਂ ਦਾ ਕੰਮ ਹੈ ਜੀ, ਮੈਨੂੰ ਲੱਗਦਾ ਵੀ ਕੋਈ ਇਹੋ ਜਿਹਾ ਬੰਦਾ ਹੋਊਗਾ ਪੰਜਾਬ ਦੇ ਵਿੱਚ ਵੀ ਜਿਹਦੋਂ ਮੈਂ ਕਬੂਤਰ ਲਿਆਉਂਦਾ ਜੀ। ਆਲ ਓਵਰ ਜਿੰਨੇ ਵੀ ਕਹਿ ਲਓ ਖਿਡਾਰੀ ਚੰਗੇ ਚੰਗੇ ਆ, ਸਾਰਿਆਂ ਤੋਂ ਮੇਰੇ ਘਰੇ ਕਬੂਤਰ ਆਏ ਆ ਜੀ। ਜੇ ਮੈਂ ਨਾਂ ਲੈਣ ਲੱਗ ਜੂੰਗਾ ਤਾਂ ਲਿਸਟ ਬਣ ਜੂ ਬਹੁਤ ਵੱਡੀ। ਮਤਲਬ ਮੰਨ ਕੇ ਚੱਲੀਏ ਜੋ ਵੀ ਅੱਜ ਨਾਮੀ ਖਿਡਾਰੀ ਆ, ਤੁਸੀਂ ਹਰ ਇੱਕ ਬੰਦੇ ਤੋਂ ਮੈਂ ਕਬੂਤਰ ਲਿਆਇਆ। ਕਬੂਤਰ ਬਣੇ, ਮੰਨ ਲਓ ਮੇਰੀ ਲਿਹਾਜ ਬਣੀ ਸੀ, ਲੋਕਾਂ ਨਾਲ ਮੇਰਾ ਮੋਹ ਪਿਆਰ ਸੀ। ਇੱਕ ਬੜੀ ਵੱਡੀ ਗੱਲ ਸੀ, ਮੇਰੇ ਮਾਮਾ ਜੀ ਕਰਕੇ ਮੈਨੂੰ ਕਬੂਤਰ ਬਹੁਤ ਮਿਲੇ ਹੈ ਮੰਤਰੀ ਸਾਹਿਬ ਦਾ। ਪਹਿਚਾਣ ਸੀ ਉਹਨਾਂ ਦੀ, ਪਹਿਚਾਣ ਸੀਗੀ, ਚੱਲ ਬਲ ਸੀਗੀ। ਹਰ ਇੱਕ ਬੰਦਾ ਸੋਚਦਾ ਸੀਗਾ ਵੀ ਯਾਰ ਬੱਚਾ, ਚਲੋ ਉਹਨਾਂ ਦਾ ਆਇਆ ਰਿਸ਼ਤੇਦਾਰ ਆ, ਕਈ ਵਾਰ ਕੋਈ ਲੋੜ ਪੈ ਜਾਂਦੀ ਹੈ ਜਾਂ ਕਿਵੇਂ ਵੀ ਲਾ ਲਓ। ਮੈਨੂੰ ਕਿਸੇ ਬੰਦੇ ਨੇ ਅੱਜ ਤੱਕ ਇਹ ਨਹੀਂ ਕਿਹਾ ਵੀ ਮੈਂ ਤੈਨੂੰ ਕਬੂਤਰ ਦੇਣਾ ਨਹੀਂ, ਜਿਹੜਾ ਮੰਗਿਆ ਉਹੀ ਲਿਆ। ਮੰਨ ਕੇ ਚਲੋ ਅੱਜ ਹਰ ਇੱਕ ਨਸਲ ਤੁਹਾਡੇ ਖੁੱਡੇ ਦੇ ਵਿੱਚ ਮੌਜੂਦ ਹੈ। ਹਜ਼ਾਰ ਵਾਲੇ ਕਬੂਤਰ, ਪੁੰਨੂ ਵਾਲੇ ਜਿੰਨੇ ਸਰਦਾਰ ਜਸਵੀਰ ਬਾਦਲ ਨੇ ਬਣਾਏ ਸੀ, ਜੰਪ ਬੰਬ ਬਹੁਤ ਨਸਲਾਂ ਸੀਗੀਆਂ ਜੀ, ਕਿੱਕਰ ਮਾਸਟਰ ਸੀਗੇ, ਮੀਰਾ ਅਜੰਟਾ, ਤਕਰੀਬਨ ਜਿੰਨੀਆਂ ਪੰਜਾਬ ਦੇ ਵਿੱਚ ਨਸਲਾਂ ਸਾਰੀਆਂ ਦਾ ਆਪਣੇ ਕੋਲ 2-2 ਪੇਅਰ ਹੈਗੇ ਆ। ਹਾਂਜੀ, ਹਰ ਇੱਕ। ਮੈਨੂੰ ਪਹਿਲਾਂ ਬਾਈ ਜੀ ਤੁਹਾਨੂੰ ਮੈਂ ਇੱਕ ਗੱਲ ਹੋ ਜਾਂਦਾ, ਉਹਦੇ ਦਿਲ ਦੀ ਮੈਨੂੰ ਬਾਜੀਆਂ ਦਾ ਇੰਨਾ ਸ਼ੌਂਕ ਨਹੀਂ ਸੀ, ਸਿਰਫ ਮੈਨੂੰ ਆਪਦੇ ਸਰਦਾਰ ਮੋਹਨ ਸਿੰਘ ਬਾਦਲ ਫੁੱਫੜ ਜੀ ਮੇਰੇ ਦੇ ਜਸਵੀਰ, ਜਿਵੇਂ ਮੋਹਨ ਸਿੰਘ ਬਾਦਲ ਨੇ ਨਸਲਾਂ ਬਣਾਈਆਂ ਸੀ, ਮੈਂ ਸੋਚਿਆ ਸੀ ਮੈਂ ਵੀ ਇਹਨਾਂ ਨੂੰ ਨਸਲਾਂ ਬਣਾਉਂ ਕਬੂਤਰਾਂ ਨੂੰ, ਤਾਂ ਮੈਂ ਪਹਿਲ ਨਸਲਾਂ ਨੂੰ ਹੀ ਦਿੰਦਾ ਸੀ। ਮਤਲਬ ਇੱਕ ਤੁਹਾਨੂੰ ਜਨੂਨ ਪੈਦਾ ਹੋ ਗਿਆ ਵੀ ਉਹਨਾਂ ਦੇ ਵਾਂਗੂ ਹਰ ਇੱਕ ਨਸਲ ਆਪਣੇ ਖੁੱਡੇ ਵਿੱਚ ਰੱਖੀ। ਹਾਂਜੀ, ਫਿਰ ਮੈਂ ਨਸਲਾਂ ਮਗਰ ਬਹੁਤ ਭੱਜਿਆ, ਬਾਜੀਆਂ ਦਾ ਮੈਨੂੰ ਇੰਨਾ ਨਹੀਂ ਸੀ, ਜੇ ਮੈਂ ਹਰ ਵੀ ਜਾਂਦਾ ਸੀ ਮੈਨੂੰ ਦੁੱਖ ਨਹੀਂ ਹੁੰਦਾ ਸੀ। ਉਸ ਤੋਂ ਬਾਅਦ ਜਦੋਂ ਕੰਪੀਟੀਸ਼ਨ ਵੱਧ ਗਏ ਜੀ, ਜਿੱਤੇ ਦੀ ਕਦਰ ਹੈ ਜੀ, ਹਰੇ ਨੂੰ ਕੋਈ ਨਹੀਂ ਪੁੱਛਦਾ, ਫਿਰ ਇੱਧਰ ਵੱਲ ਧਿਆਨ ਹੋਇਆ ਵੀ ਹੁਣ ਬਾਜੀਆਂ ਜਿੱਤ ਕੇ ਵੀ ਦਿਖਾਈਏ, ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹਾਂ ਇਹਨੇ ਨਸਲਾਂ ਬਣਾਈਆਂ। ਇੱਕ ਥੋੜ੍ਹੇ ਦਿਨ ਪਹਿਲਾਂ ਗੱਲ ਸੁਣੀ ਸੀ, ਅੱਜ ਕਬੂਤਰ ਤਾਂ ਤੁਹਾਡੇ ਕੋਲ ਆਪਾਂ ਦੇਖ ਹੀ ਲਏ ਕਾਫੀ ਨਸਲਾਂ ਬੈਠੀਆਂ, ਫਿਰ ਵੀ ਤੁਸੀਂ ਕੁਛ ਕਬੂਤਰ ਹੁਣ ਮੁੱਲ ਲੈ ਕੇ ਆਏ? ਹਾਂਜੀ, ਲੈ ਕੇ ਆਏ। ਉਹ ਕਿਹੜੀ ਨਸਲ ਹੈ ਜਿਹੜੀ ਮੁੱਲ ਲੈ ਕੇ ਆਏ? ਉਹ ਜੀ ਬਾਈ ਜੰਟੇ ਵਾਲੇ ਕਬੂਤਰ ਜੀ, ਮੇਰੇ ਕੋਲ ਪਹਿਲਾਂ ਬਹੁਤ ਚੰਗੇ ਕਬੂਤਰ ਸੀ ਜੰਟੇ ਵਾਲੇ, ਥੋੜ੍ਹੇ ਜਿਹੇ ਭੱਜਣ ਕਰਕੇ ਮੈਂ ਦੇ ਬੈਠਾ ਸੀ, ਹੁਣ ਮੈਨੂੰ ਨਸਲਾਂ ਉਹ ਜੀਆਂ ਬਣ ਗਈਆਂ ਜਿਹੜੀਆਂ ਖੜਦੀਆਂ ਉੱਡਦੇ ਵਧੀਆ ਉੱਡਦੇ ਭੱਜਦੇ ਨਹੀਂ, ਫਿਰ ਮੈਂ ਹੁਣ ਦੁਬਾਰਾ ਜੰਟੇ ਵਾਲੇ ਕਬੂਤਰ ਮੁੱਲ ਲਏ। ਹਾਂਜੀ, ਕੋਈ ਸੱਜਣ ਮਿੱਤਰ ਸੀਗੇ ਆਪਣੇ, ਉਹਨਾਂ ਨੇ ਦਵਾਏ ਜੀ, ਮੈਨੂੰ ਚੰਗੇ ਲੱਗੇ ਜੀ, ਮੈਂ ਲੈ ਲਏ। ਹਾਂਜੀ, ਸੁਣਿਆ ਸੀ ਕਾਫੀ ਮਹਿੰਗੇ ਕਬੂਤਰ ਖਰੀਦੇ ਹੈ ਅਤੇ ਇਹ ਕਾਫੀ ਚਰਚਾ ਗਰੁੱਪਾਂ ਦੇ ਵਿੱਚ ਵੀ ਚੱਲ ਰਿਹਾ ਕਾਫੀ ਦਿਨਾਂ ਤੋਂ, ਸੋ ਅੱਜ ਤੁਸੀਂ ਦੱਸ ਹੀ ਦਿੱਤਾ। ਅਤੇ ਹੁਣ ਕਿਹੜੀ ਨਸਲ ਹੈ ਕੋਈ ਇਹੋ ਜਿਹੀ ਮਨ ਦੇ ਵਿੱਚ ਜਿਹੜੀ ਤੁਹਾਡੇ ਕੋਲ ਅੱਜ ਵੀ ਨਾ ਹੋਵੇ ਇੰਨੀਆਂ ਨਸਲਾਂ ਹੋਣ ਦੇ ਬਾਵਜੂਦ? ਮੇਰੇ ਹਿਸਾਬ ਨਾਲ ਤਾਂ ਨਹੀਂ ਜੀ ਕੋਈ ਹੋਣੀ, ਪਰ ਇੱਕ ਨਸਲ ਸ਼ਾਇਦ ਖੋਟਿਆਂ ਵਾਲੇ ਕਬੂਤਰ ਜੀ, ਜਿਹੜਾ ਦੀ ਡਿਮਾਂਡ ਤੁਹਾਡੇ ਕੋਲ ਰੱਖੀ ਹੈ, ਉਹ ਨਸਲ ਹੈ ਨਹੀਂ ਜੀ, ਉਹ ਤੁਹਾਡੇ ਤੋਂ ਮੈਂ ਲਈ ਹੈ। ਜ਼ਰੂਰ ਦੇਵਾਂਗੇ ਜੀ ਆਪਾਂ ਵੀਰ ਨੂੰ। ਖੋਟਿਆਂ ਵਾਲੇ ਕਬੂਤਰ ਜਿਹੜੇ ਮਸ਼ਹੂਰ ਹੋਏ ਸੀ ਸਰਦਾਰ ਦਰਸ਼ਨ ਸਿੰਘ ਸਰਪੰਚ ਭਾਈ ਰੂਪਾ, ਭਾਈ ਰੂਪਾ ਉਹਨਾਂ ਦੇ ਕਬੂਤਰ ਹੈ ਜੀ, ਜੋ ਕਿ ਬਾਅਦ ਦੇ ਵਿੱਚ ਪ੍ਰੀਤ ਸਿੱਧੂ ਕਾਕਾ ਕਨੇਡਾ ਆਂਡੇ ਉਹਨਾਂ ਦੇ ਜਿਹੜੇ ਉੱਥੇ ਕਨੇਡਾ ਚਲੇ ਗਏ ਸੀ, ਉਹਨਾਂ ਕੋਲ ਨਸਲ ਉਹਨਾਂ ਨੇ ਵਧਾਈ, ਉਹਨਾਂ ਤੋਂ ਮੈਂ ਲੈ ਕੇ ਆਇਆ ਜੀ ਕਬੂਤਰ ਇੱਥੇ ਮੇਰੇ ਕੋਲ ਨਸਲ। ਅਤੇ ਹੁਣ ਰਾਹੁਲ ਵੀਰ ਨੇ ਇੱਕ ਦਿਨ ਫੋਨ ਕੀਤਾ ਸੀ ਮੈਨੂੰ ਇੱਕ ਜੋੜਾ ਚਾਹੀਦਾ, ਸੋ ਵੀਰ ਨੂੰ ਜੋੜਾ ਜ਼ਰੂਰ ਦੇਵਾਂਗੇ ਜੀ, ਬੱਚੇ ਜਦੋਂ ਵੀ ਕੱਢ ਲਏ ਉਹਨਾਂ ਨੇ, ਕਿਉਂਕਿ 2 ਬੱਚੇ ਕੱਢ ਲਏ ਆ, ਠੀਕ ਹੈ, ਤੁਹਾਨੂੰ ਜ਼ਰੂਰ ਦੇਵਾਂਗੇ। ਠੀਕ ਹੈ ਜੀ। ਇਸ ਤੋਂ ਇਲਾਵਾ ਕੋਈ ਹੋਰ ਨਸਲ ਮੇਰੇ ਹਿਸਾਬ 'ਚ ਨਹੀਂ ਰਹਿੰਦੀ? ਨਹੀਂ ਰਹਿੰਦੀ ਮੇਰੇ ਹਿਸਾਬ 'ਚ, ਤਾਂ ਨਹੀਂ ਗਾ ਵੀ ਤਕਰੀਬਨ ਸਾਰੀਆਂ ਨਸਲਾਂ ਹੀ ਹੈਗੀਆਂ। ਚਲੋ ਜੀ, ਵਾਅਦਾ ਰਿਹਾ ਇਸ ਮੇਰਾ ਵੀ ਜਦੋਂ ਬੱਚੇ ਕੱਢ ਲਏ ਇੱਕ ਅਗਲੇ ਝੋਲ ਦਾ ਇੱਕ ਪਿਛਲੇ ਝੋਲ ਦਾ ਵੀਰ ਨੂੰ ਫੋਨ ਕਰੂੰਗਾ ਮੈਂ, ਆ ਕੇ ਤੁਹਾਡੀ ਮਾਨਤ ਲੈ ਜਾਓ। ਠੀਕ ਹੈ ਜੀ, ਧੰਨਵਾਦ। ਇਸ ਤੋਂ ਇਲਾਵਾ ਫਿਰ ਤੁਸੀਂ ਜਿਹੜੇ ਆਪਣੇ ਸ਼ੌਕ ਹੋਰ ਵੀ ਆ ਕਬੂਤਰਾਂ ਤੋਂ ਇਲਾਵਾ, ਮੁਰਗੇ ਹੋਰ
ਇਹਨਾਂ ਦਾ ਸ਼ੌਕ ਅਤੇ ਕਬੂਤਰਬਾਜ਼ੀ ਦਾ ਸ਼ੌਕ ਕੁਛ ਡਿਫਰੈਂਟ ਹੈ। ਕਬੂਤਰਬਾਜ਼ੀ ਦਾ ਸ਼ੌਕ ਬਹੁਤ ਔਖਾ ਹੈ, ਗਰਮੀ ਦੇ ਵਿੱਚ ਆਪਾਂ ਨੂੰ ਜਾਣਾ ਪੈਂਦਾ, ਹੋਰ ਆਪਾਂ ਚਾਹੇ ਕੁੱਤਾ ਰੱਖ ਲਈਏ ਚਾਹੇ ਘੋੜਾ ਰੱਖ ਲਈਏ, ਚਲੋ ਉਹਨੂੰ ਆਪਣਾ ਕੋਈ ਦੂਸਰਾ ਬੰਦਾ ਵੀ ਸਾਂਭ ਲੈਂਦਾ। ਇਹਨਾਂ ਦਾ ਜਿਹੜਾ ਦੇਖਭਾਲ ਹੈ ਤੁਸੀਂ ਖੁਦ ਕਰਦੇ ਹੋ ਜਾਂ ਅੱਗੇ ਜਿਹੜੇ ਤੁਹਾਡੇ ਹੁਣ ਦੋ ਬੰਦਿਆਂ ਨੂੰ ਮਿਲ ਕੇ ਆਏ ਉਹ ਕਰਦੇ? ਬਈ ਜੀ, ਕੁਛ ਹੱਦ ਤੱਕ ਤਾਂ ਅੱਜ ਤੋਂ 3-4 ਸਾਲ ਪਹਿਲਾਂ ਜੀ ਮੈਂ ਆਪ ਕਰਦਾ ਸੀ, ਠੀਕ ਹੈ ਜੀ, ਕਿਉਂਕਿ ਉਦੋਂ ਕਬੀਲਦਾਰੀਆਂ ਨਹੀਂ ਪਈਆਂ ਸੀ, ਵਿਹਲੇ ਹੁੰਦੇ ਸੀ ਜੀ, ਪੜ੍ਹ ਲਿਖ ਕੇ ਆ ਗਏ ਸੀ ਘਰੇ ਅਤੇ ਚਲੋ ਇੱਧਰ ਟਾਈਮ ਪਾਸ ਹੋ ਜਾਂਦਾ ਸੀ, ਵਧੀਆ ਹੋਬੀ ਸੀ। ਹੁਣ ਜਿਵੇਂ ਜਿਵੇਂ ਕੰਮ ਵੱਧ ਗਿਆ ਜੀ, ਕਬੂਤਰਾਂ ਦਾ ਸ਼ੌਕ ਵੱਧ ਗਿਆ, ਉਹਦੇ ਕਰਕੇ ਫਿਰ ਹੁਣ ਬੰਦੇ ਰੱਖੇ ਜੀ ਸਪੈਸ਼ਲ ਜਿਹੜੇ ਪੂਰੇ ਟ੍ਰੇਨਡ ਵੀ ਕੱਲ੍ਹ ਨੂੰ ਮੈਂ ਕਿਤੇ ਬਾਹਰ ਜਾਣਾ, ਪਿੱਛੋਂ ਮੈਨੂੰ ਟੈਨਸ਼ਨ ਨਹੀਂ ਵੀ ਮੇਰੇ ਕਬੂਤਰ ਭੁੱਖੇ ਨਾ ਮਰ ਜਾਣ ਜਾਂ ਕੋਈ ਬਿਮਾਰ, ਇਹਨਾਂ ਨੂੰ ਦਵਾਈ ਨਾ ਮਿਲੇ, ਤਾਂ ਉਹ ਜਿਹੇ ਬੰਦੇ ਮੈਂ ਰੱਖਦੇ ਹੀ ਰੱਖ ਦਿੰਦਾ ਉਹਨਾਂ ਨਾਲ ਮਿਲ ਕੇ। ਪਰ ਐਂ ਨਹੀਂ ਗਾ, ਕਈ ਬੰਦੇ ਹੁੰਦੇ ਵੀ ਉਹਨਾਂ 'ਤੇ ਛੱਡ ਦਿੰਦੇ ਸਾਰਾ ਕੁਛ, ਨਹੀਂ, ਜੇ ਮੇਰੇ ਬੰਦੇ ਰੱਖੇ ਆ ਤਾਂ ਮੈਂ ਵੀ ਉਹਨਾਂ ਦੇ ਨਾਲ ਹੀ ਉੱਥੇ ਹੋਊਂਗਾ ਜੀ, ਕਈ ਵਾਰ ਮਜ਼ਬੂਰੀ ਬਣ ਜਾਏ ਤਾਂ ਮੈਨੂੰ ਜਾਣਾ ਪੈਂਦਾ, ਨਹੀਂ ਮੈਂ ਤਕਰੀਬਨ ਇੱਥੇ ਹੀ ਹੁੰਦਾ। ਇਸ ਤੋਂ ਇਲਾਵਾ ਤੁਹਾਡਾ ਹਰ ਇੱਕ ਕਲੱਬ ਹੈ, ਜਿਵੇਂ ਕਿਲ੍ਹਾ ਰਾਏਪੁਰ ਕਲੱਬ, ਬਾਈ ਛੋਟਾ ਵੀ, ਸੋਨੂ ਰੰਗੀਆਂ, ਹੋਰ ਵੀ ਬਹੁਤ ਸੱਜਣ ਮਿੱਤਰ ਹੈ ਜਿਨ੍ਹਾਂ ਨਾਲ ਤੁਹਾਡਾ ਬਹੁਤ ਵਧੀਆ ਰਿਲੇਸ਼ਨ ਹੈ। ਤੁਹਾਡੇ ਹੁਣ ਆਪਾਂ ਜਿਹੜੀ ਗੱਲ ਮੇਨ ਕਰਦੇ ਹਾਂ ਤੁਹਾਡੇ ਉਸਤਾਦ ਦੀ, ਉਸਤਾਦ ਤੁਹਾਡਾ ਕੌਣ ਹੈ, ਕਿਹੜੇ ਸਾਲ 'ਚ ਤੁਸੀਂ ਉਸਤਾਦ ਧਾਰਿਆ? ਉਸਤਾਦ ਜੀ, ਜਿਹੜੇ ਸਾਲ ਮੈਂ ਪਿੰਡ ਹਰਾਜਾਂ ਬਾਜੀ ਛੱਡੀ ਸੀ ਜੀ, ਹਰ ਗਿਆ ਸੀ ਮੈਂ ਜੀ, ਉਹ ਸਾਲ ਉੱਥੇ ਕਬੂਤਰ ਛੱਡੇ ਸੀ ਸਰਦਾਰ ਜਗਨੰਦਨ ਵੜੇ ਜੀ, ਨਾਲ ਹੀ ਪਿੰਡ ਹਰਾਜਾਂ ਦੇ ਉਹਨਾਂ ਨੇ, ਬਿਲਕੁਲ, ਉਹਨਾਂ ਦੇ ਕਬੂਤਰ ਬਹੁਤ ਚੰਗੇ ਉੱਡੇ ਸੀ ਦੋਵੇਂ, ਅਤੇ ਮੇਰੇ ਵੀ ਮਨ 'ਚ ਸੀਗਾ ਵੀ ਯਾਰ ਮੇਰੇ ਵੀ ਕਬੂਤਰ ਆਏ ਉੱਡਣ, ਇਹਨਾਂ ਵਾਂਗੂ ਮੈਂ ਕੁਛ ਸਿੱਖਾਂ ਜੀ। ਤਾਂ ਮੈਂ ਉਸ ਦਿਨ, ਮੈਨੂੰ ਬਾਈ ਗੁਰਪ੍ਰੀਤ ਸਾਡੇ ਵੀਰ, ਉਹਨਾਂ ਦੇ ਬੇਟਾ ਜਗਨੰਦਨ ਵੜਿੰਗ ਦਾ, ਘਰੇ ਲੈ ਗਏ ਜੀ, ਉੱਥੇ ਰੋਟੀ ਖਵਾਈ, ਉਹਨਾਂ ਨੇ ਮੈਨੂੰ ਵਧੀਆ ਸੇਵਾ ਕੀਤੀ, ਮੈਨੂੰ ਬੜਾ ਵਧੀਆ ਲੱਗਿਆ ਜੀ। ਚਲੋ ਸਾਡੀ ਰਿਸ਼ਤੇਦਾਰੀ ਵੀ ਨਿਕਲੇ ਜੀ ਜਦੋਂ ਗੱਲ ਚੱਲੀ ਵੀ ਬਾਈ ਕਿਆਂ ਨਾਲ। ਉਸ ਤੋਂ ਬਾਅਦ ਜੀ, ਆਮ ਤਾਂ ਅੱਜ ਕੱਲ੍ਹ ਚੱਲ ਰਿਹਾ ਟ੍ਰੈਂਡ ਵੀ ਕਿਸੇ ਨੇ ਮੋਟਰਸਾਈਕਲ ਦਿੱਤਾ, ਕਿਸੇ ਨੇ ਕੜਾ ਦਿੱਤਾ, ਮੈਂ ਕੁਛ ਵੀ ਨਹੀਂ ਦਿੱਤਾ ਜੀ, ਮੈਂ ਜਾ ਕੇ ਉਸਤਾਦ ਜੀ ਨੂੰ ਸਿੱਧਾ ਆਖਿਆ ਵੀ ਮੈਂ ਜੀ ਤੁਹਾਡਾ ਚੇਲਾ ਬਣਨਾ ਜੀ। ਮੈਨੂੰ ਕਹਿੰਦੇ ਮੈਂ ਤੇਰਾ ਗੁਰੂ, ਤੂੰ ਮੇਰਾ ਚੇਲਾ, ਜੋ ਮਰਜ਼ੀ ਪੁੱਛ ਲਾ। ਉਹਨਾਂ ਨੇ ਆਪਦਾ ਰਜਿਸਟਰ ਮੇਰੇ ਅੱਗੇ ਧਰਤਾ, ਮੈਂ ਉੱਥੋਂ ਸਾਰਾ ਆਪਦਾ, ਮੈਨੂੰ ਕਹਿੰਦੇ ਲਿਖ ਕੇ ਲੈ ਜਾ, ਵਾਰੀ ਵਾਰੀ ਪੁੱਛਣ ਦੀ ਵੀ ਲੋੜ ਨਹੀਂ, ਵੀ ਮੰਨ ਲਓ ਕੋਈ ਓਹਲਾ ਨਹੀਂ ਰੱਖਿਆ ਉਹਨਾਂ ਨੇ ਮੈਥੋਂ। ਉਹਨਾਂ ਤੋਂ ਸਿੱਖ ਕੇ ਫਿਰ ਮੈਂ ਬਾਜ਼ੀਆਂ ਛੱਡੀਆਂ ਜੀ, ਫਿਰ ਕਬੂਤਰ ਵਧੀਆ ਉੱਡੇ, ਵਧੀਆ ਬਹੁਤ ਜ਼ਿਆਦਾ ਚੰਗੇ। ਇਹ ਕਿਹੜੇ ਸਾਲ ਦੀ ਗੱਲ ਹੈ? 2009 ਦੀ, 8 ਦੀ, 8 ਜਾਂ 9 'ਚ ਤੁਸੀਂ ਉਹਨਾਂ ਨੂੰ ਗੁਰੂ ਧਾਰ ਲਿਆ? ਹਾਂਜੀ, ਦਿਲੋਂ ਹੀ ਧਾਰ ਲਿਆ ਜੀ। ਬਸ ਮੰਨ ਕੇ ਚੱਲੀਏ ਕਿ ਅੱਜ 10 ਸਾਲਾਂ ਬਾਅਦ ਤੁਸੀਂ ਆਪਦੇ ਅੱਗੇ ਚੇਲੇ ਬਣਾਉਣੇ ਚਾਲੂ ਕਰ ਦਿੱਤੇ, ਹੁਣ ਤੁਹਾਡਾ ਸਭ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰਦੇ ਹਾਂ ਚੇਲੇ ਦੀ, ਸਭ ਤੋਂ ਪਹਿਲਾਂ ਚੇਲਾ ਕੌਣ ਬਣਿਆ ਤੁਹਾਡਾ? ਸਭ ਤੋਂ ਪਹਿਲਾਂ ਚੇਲਾ ਬਣਿਆ ਜੀ ਰਵੀ ਸਨਾਮ ਜੀ, ਲੱਭੀ ਸਨਾਮ, ਦੋ ਭਰਾ ਹੈ ਜੀ। ਇਸ ਵਾਰ ਉਹਨਾਂ ਦੀ ਲੋਹਾ ਕਿਹੜੇ ਟੌਪ 'ਤੇ ਕਬੂਤਰ ਉੱਡੇ ਜੀ, ਠੀਕ ਹੈ ਜੀ, ਉਹ ਆਪਣੇ ਘਰੋਂ ਹੀ ਜੋੜਾ ਗਿਆ ਸੀ, ਉਹਦਾ ਬੱਚਾ ਸੀ, ਆਪਾਂ ਹੀ ਮਤਲਬ ਉਹਨਾਂ ਨੂੰ ਦੱਸਿਆ, ਉਹ ਆਪਣਾ ਪਿਜਨ ਮਲਵਈ ਪਿਜਨ ਕਲੱਬ ਬਣਿਆ ਫੇਸਬੁੱਕ 'ਤੇ ਜੀ, ਉੱਥੋਂ ਮੁੰਡੇ ਨੇ ਮੈਨੂੰ ਮੈਸੇਜ ਕੀਤਾ, ਕਹਿੰਦਾ ਬਾਈ ਜੀ ਮੈਂ ਤੁਹਾਡੇ ਕੋਲ ਆਉਣਾ ਅਤੇ ਤੁਹਾਡੇ ਕਬੂਤਰ ਉਡਾਉਣੇ ਆ ਤੁਹਾਡੇ ਨਾਲ ਜੀ। ਮੈਂ ਕਿਹਾ ਦੇਖ ਬੇਟਾ ਵੀ ਤੇਰੀ ਪੜ੍ਹਾਈ ਦੀ ਉਮਰ ਹੈ, ਛੋਟਾ ਉਮਰ ਦਾ ਬਹੁਤ, ਵੀ ਮੈਂ ਐਵੇਂ ਤੈਨੂੰ ਸੱਦ ਕੇ ਕਬੂਤਰਾਂ 'ਤੇ ਲਾ ਕੇ ਜਾਂ ਤੇਰੀ ਕੋਈ ਕਰੀਅਰ ਨਹੀਂ ਖਰਾਬ ਕਰਨਾ, ਵੀ ਤੈਨੂੰ ਜੋ ਚੀਜ਼ ਦੀ ਲੋੜ ਹੈ ਮੈਂ ਤੈਨੂੰ ਐਂ ਦੱਸ। ਉਹ ਕਹਿੰਦਾ ਵੀ ਠੀਕ ਹੈ, ਮੇਰਾ ਉਹਦੇ ਨਾਲ ਮੋਹ ਪਿਆਰ ਪੈ ਗਿਆ ਜੀ, ਮੈਂ ਉਹਨੂੰ ਸਾਰੀਆਂ ਗੱਲਾਂ ਦੱਸੀਆਂ, ਕਬੂਤਰ ਦਿੱਤੇ, ਅਤੇ ਇਸ ਸਾਲ ਉਹਨਾਂ ਨੇ ਬਾਜ਼ੀਆਂ ਛੱਡੀਆਂ ਟਿਕਾ ਕੇ ਅਤੇ ਵਧੀਆ ਜਿੱਤੇ। ਮੰਨ ਲਓ ਕੁਛ ਆਪਾਂ ਉਹਨਾਂ ਤੋਂ ਲਿਆ ਨਹੀਂ, ਕੁਛ ਨਹੀਂ ਕਰਿਆ, ਬਸ ਦਿਲੋਂ ਜਿਵੇਂ ਮੈਂ ਉਸਤਾਦ ਧਾਰਿਆ ਸੀ, ਉਹਨੇ ਮੈਨੂੰ ਧਾਰਿਆ ਜੀ, ਮੈਂ ਉਹਨੂੰ ਸਾਰਾ ਕੁਝ ਦੱਸਿਆ। ਇਸ ਤੋਂ ਇਲਾਵਾ ਕੋਈ ਹੋਰ? ਇਸ ਤੋਂ ਇਲਾਵਾ ਜੀ, ਇੱਕ ਪਿੱਛੇ ਜੇ ਬਣ ਕੇ ਗਏ ਆ ਮੇਰੇ ਚੇਲਾ ਗੋਰਾ ਮੁੰਡਾ ਅੰਬਾਲੇ ਤੋਂ, ਅੰਬਾਲਾ ਕੈਂਟ ਜੀ, ਉਹ ਵੀ ਬਸ ਗਰੁੱਪਾਂ 'ਚ ਮਿਲ ਹੋਏ ਅਤੇ ਮੈਨੂੰ ਵਧੀਆ ਲੱਗਿਆ ਬੰਦਾ ਜੋ ਮੈਨੂੰ। ਇੱਕ ਹੈਗਾ ਮੁੰਡਾ ਹਰਪ੍ਰੀਤ, ਲੁਧਿਆਣੇ ਦੇ ਨਾਲ ਹੀ ਪਿੰਡ ਆ ਮਾਜਰੀ ਜੀ, ਉੱਥੋਂ ਆ ਮੁੰਡਾ, ਤਿੰਨ ਹੀ ਚੇਲੇ ਆ, ਤਿੰਨ ਚੇਲੇ। ਬਹੁਤ ਵੱਡੀ ਗੱਲ ਆ ਜੀ, 10 ਸਾਲਾਂ ਦੇ ਵਿੱਚ ਉਮਰ ਤੁਹਾਡੀ ਵੀ ਬਹੁਤ ਛੋਟੀ ਹੈ, ਤਿੰਨ ਚੇਲੇ ਅੱਗੇ। ਹਾਂਜੀ, ਮੇਰੀ 28 ਸਾਲ ਉਮਰ, 28 ਸਾਲ ਦੇ ਵਿੱਚ 3 ਚੇਲੇ ਅੱਗੇ ਬਣੇ ਆ, ਬਹੁਤ ਬਹੁਤ ਵਧਾਈਆਂ ਇਸ ਚੀਜ਼ ਦੀਆਂ ਤੁਹਾਨੂੰ। ਸੁਣਨ ਵਿੱਚ ਆਇਆ ਕਿ ਤੁਹਾਡੇ ਮੈਰਿਜ ਤੋਂ ਬਾਅਦ ਇੱਕ ਬੇਟੀ ਹੋਈ ਆ, ਹਾਂਜੀ, ਅਤੇ ਹੁਣ ਸ਼ਾਇਦ ਉਹ ਸਕੂਲ ਆਉਣ ਵਾਲੀ ਹੋ ਗਈ ਆ, ਹਾਂਜੀ। ਸੁਣਨ 'ਚ ਆਇਆ ਸੀ ਕਿ ਤੁਸੀਂ ਸ਼ਿਫਟ ਹੋ ਰਹੇ ਹੋ ਬਠਿੰਡੇ, ਹਾਂਜੀ, ਅਤੇ ਫਿਰ ਜਿਹੜੀ ਕਬੂਤਰਬਾਜ਼ੀ ਹੈ ਅਤੇ ਬਠਿੰਡੇ ਦਾ, ਅਤੇ ਇਹਦਾ ਸਨ ਹੋਣਾ ਘੱਟੋ ਘੱਟ ਵੀ 50 ਕਿਲੋਮੀਟਰ ਦਾ ਤੁਹਾਡੇ ਪਿੰਡ ਹੈਗਾ ਜੀ, ਫਿਰ ਇਹ ਕਿਵੇਂ ਦੇਖਭਾਲ ਇਹਨਾਂ ਦੀ ਕਿਵੇਂ ਕਰੋਗੇ, ਕਿਉਂਕਿ ਆਪਾਂ ਨੂੰ ਬੱਚੇ ਵੀ ਬਹੁਤ ਜ਼ਰੂਰੀ ਹੈ ਬਣਾਉਣੇ ਲਈ, ਅਤੇ ਇਹ ਫਿਰ ਤੁਸੀਂ ਕਿਵੇਂ ਆਪਦਾ ਸ਼ੌਕ ਜਿਹੜਾ ਅੱਗੇ ਜਾਰੀ ਰੱਖੋਗੇ? ਇਹ ਬਾਈ ਜੀ ਗੱਲ ਐਂ ਵੀ ਦੇਖੋ, ਬੱਚਿਆਂ ਨੂੰ ਤਾਂ ਫਸਟ
कोई भी बंदा कबूतर बाजार की फैमिली नू फर्स्ट प्रेफरेंस दे, ठीक है जी। मैंने एक गल कही सी, मैं तुहाडे नाल शेयर करदा, भूआ जी मोहन सिंह बादल दे घरों मैनू डायरी फड़ाउण लगे उन्हां दी। मैनू कहिंदे बेटा मैं तैनू देनी नहीं सी, पर मैनू पता तैनू बहुत शौक है, तू मेरे नाल गुस्से होएगा। मैं कहा जी भूआ जी क्यों नहीं देनी सी? कहिंदे जी बेटा इन्हां गल्लां करके साडा परिवार पिछे हो गया, जे कोई बच्चा बीमार होंदा तेरे फुफड़ जी कबूतरां दे बैठे रहिंदे जी। मैनू पता मैं बहुत स्ट्रगल किया, भी तू ये काम नहीं करना। मैं कहा भूआ जी थोड़ी गल ते मैं खरा उतरूंगा, भी कोई गल नहीं जी, मैं पहला परिवार को रखूँगा फिर कबूतरां। फिर उद्दे तो मैं मतलब पूरी यह गल मेरे दिमाग च पै गई, हुण जाना तो पऊगा जी शहर जाना पऊ, पर मैं ये सोचा भी वड्डे कबूतर इत्थे बच्चे उत्थे नाल कि थान लेके पिंड लाऊंगा, क्योंकि इन्ना आना जाना औखा है। वैसे भी मैं दूर हाँ सारे बंद नालों, बाजियाँ मैं घंटा का बठिंडे तक जाना ही पैदा, तो फिर बच्चे सारे उत्थे नाल कि बंदा रख के पिंड चप्पल लाऊ, ऐ सोचे। तो बहुत वधिया जी, जिहड़ा कि फैमिली नूं अग्गे लैके चलियो, तुसीं आपदे शौक नूं भी नाल लैके चलियो, बहुत वधिया गल आ। तो हुण थोड़ी जी आपां गलबात इन्हां दी करदे हां जी फादर नाल, क्योंकि जिहड़ा शौक है जां आपदे जो भी माँ बाप जिवें इन्हां ने आपदे बच्चे दे बारे सोचिया, उन्हां ने की सोचिया सी राहुल वीर बारे, उन्हां नाल भी दो मिनट करदे हां गलबात, इन्हां नाल गलबात अपनी जारी रहेगी। हाँ जी, हुण आपां राहुल वीर दे फादर साहब दे नाल गल करदे हां, सरदार परमजीत सिंह परमपाल सिंह परमपाल सिंह जी नाल। ते सब तो पहला तां सत श्री अकाल जी अंकल जी, ते कुछ गल्लां सानू दसो जी राहुल वीर दियां। तुसीं वी इक शौकी बंदे हो, शौक रहा तुहानू वी चीज़ां दा, ते अग्गे उहनां ने जिहड़ा शौक कबूतरबाजी दा रख्या जी, ते तुहानू किवें लगदा उहनां शौक, सानू वी दो गल्लां दसो राहुल वीर बारे। ਪਹਿਲਾਂ ਤਾਂ ਪੜ੍ਹਾਈ ਪੜੂਈ ਕਰੀ ਜਾਣੇ ਵਧੀਆ ਜੀ, ਉਸ ਤੋਂ ਬਾਅਦ ਹੁਣ ਇੱਧਰ ਕਬੂਤਰਾਂ ਜੀ ਰੱਖੇ ਨੇ, ਉੱਥੇ ਵੀ ਰੱਖੇ ਸਕੂਲ 'ਚ ਵੀ ਬਠਿੰਡੇ ਜੀ ਪੜ੍ਹਦਾ ਜੀ, ਸਾਨੂੰ ਆਏ ਸੀ ਬਾਹਰ ਨੂੰ ਜਾਂਦਾ ਨਸ਼ਿਆਂ ਤੋਂ ਬਚਿਆ ਰਹੂਗਾ ਜੀ, ਕਰੇ ਮੁੜ ਕੇ ਨਹੀਂ ਸ਼ੌਂਕ ਪੈ ਗਿਆ, ਫਿਰ ਇੱਥੇ ਰੱਖ ਲਏ ਜੀ, ਵਧੀਆ ਚੱਲਦਾ ਜੀ। ਬਹੁਤ ਵਧੀਆ, ਜਦੋਂ ਰਾਹੁਲ ਵੀਰ ਘਰੇ ਨਹੀਂ ਹੁੰਦਾ, ਹਾਂਜੀ, ਦਾਣਾ ਪਾਣੀ ਵੀ ਕਬੂਤਰਾਂ ਨੂੰ ਪਾ ਦਿੰਦੇ ਹੋ ਤੁਸੀਂ? ਨਹੀਂ, ਬੰਦੇ ਰੱਖੇ ਆ ਨਿਗਾਹ ਨਾਲ ਪਵਾ ਦਈਦੇ, ਜਦੋਂ ਕੋਈ ਚੰਡੀਗੜ੍ਹ ਚੱਲਿਆ ਗਿਆ ਜਾਂ ਹੋਰ ਚੱਲਿਆ ਗਿਆ, ਪੰਜ ਚਾਰ ਦਿਨ ਉਹ ਨਹੀਂ ਆਉਂਦਾ, ਫਿਰ ਮੈਂ ਨਿਗਾਹ ਕਰਕੇ ਦੰਡ ਨੂੰ ਪਵਾ ਦਿੰਦੀ ਹਾਂ। ਇੱਕ ਗੱਲ ਤੁਸੀਂ ਬੜੀ ਅਹਿਮ ਕੀਤੀ ਹੈ ਵਿੱਚ, ਨਸ਼ੇ ਬਾਰੇ। ਹਾਂਜੀ, ਅੱਜ ਕੱਲ੍ਹ ਬੜਾ ਦੌਰ ਚੱਲ ਰਿਹਾ, ਖਾਸ ਕਰਕੇ ਤੁਹਾਡੇ ਹਰਿਆਣੇ ਦਾ, ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ, ਸਾਡੇ ਹਰਿਆਣੇ ਦੀ ਬਹੁਤ ਜੀ, ਹਰ ਇੱਕ ਮੁੰਡਾ ਨਸ਼ੇ ਦੇ ਦੌਰ ਦੇ ਵਿੱਚ, ਜਿਹੜੀ 20 ਸਾਲ ਤੋਂ ਲੈ ਕੇ 30 ਸਾਲ ਦੀ ਉਮਰ ਹੈ, ਹਰ ਇੱਕ ਮੁੰਡਾ ਨਸ਼ੇ ਦੇ ਵਿੱਚ ਹੈ। ਤੁਸੀਂ ਜ਼ਿਕਰ ਕੀਤਾ ਵੀ ਨਸ਼ੇ ਤੋਂ ਬਚਿਆ, ਕਿ ਵਾਕਈ ਇਹ ਕਾਫੀ ਜਗ੍ਹਾ ਤੇ ਸੁਣਨ ਨੂੰ ਮਿਲਿਆ, ਜਿਹੜਾ ਸ਼ੌਕ ਕਰਦਾ ਚਾਹੇ ਉਹ ਕਬੂਤਰਬਾਜੀ ਦਾ ਚਾਹੇ ਕੁੱਤਿਆਂ ਦਾ ਘੋੜਿਆਂ ਦਾ, ਉਹ ਨਸ਼ੇ ਤੋਂ ਬਚਦਾ? ਬੰਦਾ ਬਚਦਾ ਹੀ, ਸਾਡੇ ਤਾਂ ਬਚੇ ਹੀ ਸੀ, ਹੁਣ ਜਦੋਂ ਬਾਹਰ ਆਉਣੇ ਆਉਣਾ ਸਕੂਲੋਂ, ਬਠਿੰਡੇ ਦੇ ਦੋ ਚਾਰ ਉੱਪਰ ਰੱਖੇ ਹੁੰਦੇ ਸੀ ਜੀ, ਉੱਤੇ ਚੜ੍ਹ ਜਾਣਾ ਸ਼ਾਮ ਦੇ 5 ਵਜੇ ਤੋਂ ਉੱਤੇ ਬੈਠਾ ਰਹਿਣਾ, ਸਾਨੂੰ ਆਇਆ ਸੀ ਬਾਹਰ ਜਾਊਗਾ ਤਾਂ ਨਿਕਲੂਗਾ, ਜਾਂ ਬੱਚਾ ਨਸ਼ਿਆਂ 'ਚ ਪਊਗਾ ਜਾਂ ਹੋਰ, ਇਹ ਉਹੀ ਸ਼ੌਕ ਇਹਨੂੰ ਇੱਥੇ ਆ ਕੇ ਹੁਣ ਵੀ ਉਹ ਗੇਟ ਤੋਂ ਬਾਹਰ ਨਹੀਂ ਇੱਥੇ ਬੈਠਾ ਰਹਿੰਦਾ ਜੀ, ਘਰੇ ਸਾਰਾ ਦਿਨ ਆਉਂਦਾ, ਕਿਸੇ ਨਾਲ ਬਾਹਰ ਨਹੀਂ ਜਾਣਾ ਆਉਂਦਾ, ਘਰੇ ਹੁੰਦਾ ਕਬੂਤਰਾਂ ਕੋਲ, ਨਹੀਂ ਆਪਦੇ ਕੰਮ ਧੰਦੇ ਕਰਦਾ ਜੀ। ਬਹੁਤ ਵਧੀਆ, ਜਿਹੜੀ ਆਪਾਂ ਦੱਸ ਦਈਏ ਤੁਹਾਨੂੰ ਖਿਡਾਰੀ ਵੀਰੋ, ਅੰਕਲ ਜੀ ਨੇ ਗੱਲ ਕੀਤੀ ਹੈ ਨਸ਼ਿਆਂ ਬਾਰੇ, ਕਿਉਂਕਿ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਕਬੂਤਰਬਾਜ਼ੀ ਨੂੰ ਇੱਕ ਚੰਗਾ ਨਹੀਂ ਗਿਣਿਆ ਜਾਂਦਾ ਸੀ, ਅੱਜ ਦਾ ਜਿਹੜਾ ਇਹ ਦੌਰ ਚੱਲ ਰਿਹਾ 2018-19 ਜੋ ਵੀ ਹੁਣ ਇਸ ਟਾਈਮ ਚੱਲ ਰਿਹਾ, ਨਸ਼ੇ ਤੋਂ ਵਾਕਈ ਜਿਹੜਾ ਹੈਗਾ ਮੁੰਡਾ ਬਚਦਾ ਜਿਹੜਾ ਕਬੂਤਰ ਰੱਖਦਾ, ਇਸ ਗੱਲ ਦੀ ਜਿਹੜੀ ਗਰੰਟੀ ਹੈ ਉਹ ਆਪਣੇ ਅੰਕਲ ਜੀ ਨੇ ਵੀ ਅੱਜ ਦਿੱਤੀ ਹੈ। ਸੋ ਬਹੁਤ ਵਧੀਆ ਲੱਗਿਆ ਜੀ ਤੁਹਾਡਾ ਜਿਹੜਾ ਮੈਸੇਜ ਹੈ, ਨਾਲ ਹੀ ਆਪਣੇ ਇਹਨਾਂ ਦੇ ਕਜ਼ਨ ਬ੍ਰਦਰ ਬੈਠੇ ਆ ਰਾਹੁਲ ਵੀਰ ਦੇ, ਇਹਨਾਂ ਦੇ ਕੀ ਨਾਂ ਜੀ? ਗੁਰਮਨ ਸਿੰਘ। ਗੁਰਮਨ ਸਿੰਘ ਜੀ, ਕੋਈ ਦੱਸੋ ਜੀ ਆਪਣੇ ਰਾਹੁਲ ਬਾਰੇ, ਤੁਹਾਨੂੰ ਵੀ ਕਬੂਤਰਬਾਜ਼ੀ ਦਾ ਪਹਿਲਾਂ ਦੱਸੋ ਸ਼ੌਕ ਹੈ? ਕਬੂਤਰਬਾਜ਼ੀ ਦਾ ਇਹਦੇ ਨਾਲ ਜਾਣ ਦਾ ਤੇ ਘੁੰਮਣ ਫਿਰਨ ਦਾ ਸ਼ੌਕ ਤਾਂ ਹੈਗਾ, ਪਰ ਸਾਨੂੰ ਓਨਾ ਪਰਖ ਨਹੀਂ ਹੁੰਦੀ, ਸਾਡੇ ਇੱਥੇ ਸਾਰੇ ਕਬੂਤਰ ਹੈ, ਪਰ ਜਿਵੇਂ ਤੁਸੀਂ ਫੜ ਕੇ ਦੱਸ ਦਿੰਦੇ ਨਾਰਾਇਣ ਮਾਦੀ ਹੈ ਜਾਂ ਫਲਾਨੇ ਦੀ ਨਸਲ ਦਾ, ਉਹ ਨਹੀਂ ਸਾਨੂੰ ਪਤਾ ਲੱਗਦਾ, ਪਰ ਉਹ ਸ਼ੌਕ ਹੈਗਾ ਇਹ ਕਰਦਾ, ਅਸੀਂ ਸ਼ੁਰੂ ਤੋਂ ਹਮ ਉਮਰ ਹੈ, ਇਕੱਠੇ ਹੀ ਰਹੇ, ਇਕੱਠੇ ਪੜ੍ਹੇ ਹੈ, ਕੋਟ ਪੂਰੀ ਚਾਹੀਦਾ, ਸਾਰਾ ਦਿਨ ਦੇਖੀ ਦਾ ਇਹਦਾ, ਇਹ ਇੱਕ ਤਾਂ ਹੁੰਦਾ ਨਾ ਕਬੂਤਰਬਾਜ਼ੀ, ਜਿਵੇਂ ਹਰੇਕ ਕਹਿ ਦਿੰਦਾ ਵੀ ਕਬੂਤਰਬਾਜ਼ੀ ਕਰਦਾ, ਪਰ ਇਹ ਕੋਲੇ ਰਹਿ ਕੇ ਜਿਹੜਾ ਸਮਝ ਸਕਦਾ ਉਹ ਬਹੁਤ ਔਖੀ ਗੱਲ ਹੈ, ਜਿੰਨਾ ਇਹ ਤੁਸੀਂ ਮੱਥਾ ਮਾਰਦੇ ਹੋ ਕਬੂਤਰਾਂ ਨੂੰ ਸਵੇਰੇ ਉੱਠ ਕੇ, ਬਾਜੀ ਵਾਲੇ ਦਿਨ ਸਾਰੀ ਰਾਤ ਜਾਗਣੀ ਪੈਂਦਾ ਜੀ, ਵਾਰੀ ਵਾਰੀ ਕੁਝ ਦਾਣਾ ਦੇ ਦਾ ਪਾਣੀ ਦੇ ਦਾ ਜੀ, ਉਹ ਬਹੁਤ ਵੱਡੀ ਗੱਲ ਹੈ,
ਬੜਾ ਸ਼ੌਕ ਹੈ ਇਹਨੂੰ। ਤੁਹਾਡੇ ਵੱਲੋਂ ਵੀ ਫੁੱਲ ਸਪੋਰਟ ਹੈ? ਫੁੱਲ ਸਪੋਰਟ ਹੀ ਹੈ, ਸਾਰੇ ਪਰਿਵਾਰ ਦੀ ਸਪੋਰਟ ਹੁੰਦੀ ਹੈ ਜਦੋਂ ਫਿਰ ਹੀ ਬੰਦਾ ਅੱਗੇ ਨੂੰ ਤੁਰਦਾ, ਜਦੋਂ ਇੱਕ ਅੱਧਾ ਜਣਾ ਪਾਸੇ ਚੱਲਦਾ ਫਿਰ ਉਹ ਸਪੋਰਟ ਨਹੀਂ ਬਣਦੀ ਨਾ, ਜਦੋਂ ਸਾਰੇ ਸਾਥ ਦੇਣ ਫਿਰ ਹੀ। ਦੱਸ ਸਾਲ ਪੱਚੀ ਤੀਹ ਦੀ ਘੋੜੀ ਆ, ਤੁਹਾਨੂੰ ਘੋੜੀਆਂ ਦਾ ਸ਼ੌਂਕ ਬਹੁਤ ਸੀ ਜੀ? ਸਾਡਾ ਤਾਂ ਬਹੁਤ ਜ਼ਿਆਦਾ ਸੀ, ਅਸਲ 'ਚ ਦਾਦਾ ਜੀ ਨੂੰ ਘੋੜੀਆਂ ਦਾ ਸ਼ੌਂਕ ਸੀ ਬਹੁਤ ਜ਼ਿਆਦਾ ਜੀ, ਬੇਟੇ ਨੂੰ ਕਬੂਤਰਾਂ ਦਾ, ਤੁਹਾਨੂੰ ਕਿਸ ਚੀਜ਼ ਦਾ ਸ਼ੌਂਕ ਸੀ? ਆਪਾਂ ਤਾਂ ਗੱਲ ਕਰਦੇ ਨਹੀਂ, ਜੱਟਾਂ ਦੇ ਮੁੰਡਿਆਂ ਨੂੰ ਸਾਰੇ ਸ਼ੌਂਕ ਸਾਰੇ ਜੀ, ਖੇਤੀ ਦਾ ਸ਼ੌਂਕ ਹੋਊਗਾ, ਖੇਤੀ ਕਿਉਂ ਰੱਜ ਕੇ ਖੇਤੀ ਦਾ ਜੀ, ਖੇਤੀ ਰੱਜ ਕੇ ਕੀਤੀ। ਹਾਂਜੀ ਹਾਂਜੀ, ਕਿਉਂਕਿ ਜੋ ਵੀ ਇਨਸਾਨ ਹੁਣ ਕੋਈ ਨਾ ਕੋਈ ਸ਼ੌਂਕ ਜ਼ਰੂਰ ਜ਼ਿੰਦਗੀ ਦੇ ਵਿੱਚ ਹੁੰਦਾ ਹੈ। ਸਾਂਝੇ ਆਪਾਂ ਖੇਤੀ ਸਾਂਝਾ ਘਰ ਸੀਗਾ ਜਦੋਂ ਸਾਡਾ ਸਾਰੀ ਫੈਮਿਲੀ ਇਕੱਠੀ ਸੀ ਜੀ, ਉਹ ਸ਼ੌਂਕ ਹੋ ਗਈ ਜੀ ਬਾਈ, ਇਹਦੇ ਪਾਪਾ ਮੇਰੇ ਤਾਇਆ ਜੀ ਜਿਹੜੇ ਜੋਨਾ ਮੋੜ ਫਿਲਮ ਦੇ ਵਿੱਚ ਵੀ ਆਏ ਸੀ ਜੀ, ਪੱਪੀ ਗੰਗਾ ਤੇ ਮੇਰੇ ਪਾਪਾ, ਇਹਨਾਂ ਦੋਨਾਂ ਜਣਿਆਂ ਨੇ ਖੇਤੀ ਬਹੁਤ ਜੱਟ ਚ ਵੀ ਆਏ, ਜੋਨਾ ਮੋੜ ਚ ਵੀ ਆਏ, ਦੋ ਫਿਲਮਾਂ ਬਣਾਈਆਂ ਸੀਗੀਆਂ ਆਪਣੇ ਸਾਰੇ ਫੈਮਿਲੀ ਨੇ ਰਲ ਕੇ, ਮਿਰਜ਼ਾ ਜੱਟ ਜੋਨਾ ਮੋੜ, ਜੋਨਾ ਮੋੜ, ਉਹਨਾਂ ਦੋਵਾਂ ਦੇ ਵਿੱਚ ਇਹਦੇ ਪਾਪਾ ਦਾ ਰੋਲ ਜੀ। ਬਹੁਤ ਵਧੀਆ ਗੱਲ ਹੈ ਜੀ, ਉਹ ਅੱਜ ਥੋੜ੍ਹੇ ਜਿਹੇ ਸੀਗੇ ਤੇ ਨਹੀਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਦੇ ਜ਼ਰੂਰ ਜੀ ਜੀ ਜੀ। ਹਾਂਜੀ, ਸੋ ਆਓ ਜੀ ਆਪਾਂ ਹੋਰ ਨਵੀਂ ਗੱਲਬਾਤ ਇਹਨਾਂ ਦੇ ਜਿਹੜੇ ਫਰੈਂਡ ਆਏ ਹੈ ਕਰਦੇ ਹਾਂ ਉਹਨਾਂ ਦੇ ਨਾਲ। ਚਲੋ ਜੀ, ਹਾਂਜੀ, ਇੱਕ ਸਰਦਾਰ ਮੋਹਨ ਸਿੰਘ ਬਾਦਲ ਜੋ ਕਿ ਬਹੁਤ ਵਧੀਆ ਆਪਣੇ ਖਿਡਾਰੀ ਰਹੇ ਹੈ, ਉਹਨਾਂ ਦੇ ਹੱਥ ਦੀ ਇੱਕ ਡਾਇਰੀ, ਬਾਈ ਜੀ ਰਾਹੁਲ ਜੋ ਸਰਦਾਰ ਮੋਹਨ ਸਿੰਘ ਬਾਦਲ ਦੀ ਹੱਥ ਦੀ ਲਿਖੀ ਹੋਈ ਡਾਇਰੀ ਹੈ ਕਬੂਤਰਬਾਜੀ ਦੀ, ਲੈਣ ਗਏ ਹੋਏ ਹੈ, ਉਹ ਵੀ ਥੋੜ੍ਹੀ ਜਿਹੀ ਵਿਖਾਉਣੀ ਹੈ ਜੀ ਤੁਹਾਨੂੰ, ਦੇਖਦੇ ਵਿਆਹ ਹੀ ਗਏ ਜੀ ਰਾਹੁਲ ਜੀ। ਹਾਂਜੀ, ਥੋੜ੍ਹਾ ਜਿਹਾ ਚਾਨਣਾ ਪਾਓ ਜੀ ਸਾਨੂੰ ਇਸ ਡਾਇਰੀ ਬਾਰੇ ਤੁਸੀਂ। ਇਹ ਜੀ ਸਰਦਾਰ ਮੋਹਨ ਸਿੰਘ ਬਾਦਲ ਦੀ ਸਾਰੀ ਉਮਰ ਦੀ ਕਮਾਈ, ਜੋ ਵੀ ਉਹਨਾਂ ਨੇ ਆਪਦੇ ਗੁਰੂਆਂ ਤੋਂ ਸਾਥੀਆਂ ਤੋਂ ਸਿੱਖਿਆ ਜੀ, ਉਹਨਾਂ ਦੀ ਇੱਕ ਬੜੀ ਵਧੀਆ ਆਦਤ ਸੀ ਜੀ, ਕੋਈ ਵੀ ਚੀਜ਼ ਉਹਨਾਂ ਦੇ ਦਿਮਾਗ ਦੇ ਵਿੱਚ ਹੁੰਦੀ ਕਬੂਤਰਬਾਜੀ ਬਾਰੇ ਉਹਨਾਂ ਨੇ ਆਪਦੀ ਡਾਇਰੀ 'ਚ ਲਿਖਣੀ ਸੀ। ਤਾਂ ਮੈਂ ਤਾਂ ਛੋਟਾ ਸੀ, ਮੈਨੂੰ ਕੀ ਪਤਾ ਸੀਗਾ ਵੀ ਇਹ ਡਾਇਰੀ ਉਹ ਮੇਰੇ ਲਈ ਲਿਖ ਰਿਹਾ ਜਾਂ ਮੇਰੇ ਕੰਮ ਆਊ। ਅੱਜ ਬੜਾ ਉਹਨਾਂ ਦਾ ਘਾਟਾ ਮਹਿਸੂਸ ਹੁੰਦਾ ਹੈ, ਜੇ ਕਿਤੇ ਉਹ ਜਿਉਂਦੇ ਹੁੰਦੇ ਤਾਂ ਗੱਲਾਂ ਹੋਰ ਹੋਣੀਆਂ ਸੀ, ਬੜਾ ਮਹਿਸੂਸ ਹੁੰਦਾ ਮਨ ਨੂੰ ਜੀ। ਅਤੇ ਆਹ ਡਾਇਰੀ ਹੈ ਜੀ ਉਹਨਾਂ ਦੀ ਹੱਥ ਲਿਖਤ। ਲਓ ਜੀ ਆਹ ਜੋ ਡਾਇਰੀ ਹੈ ਬਹੁਤ ਹੀ ਵਧੀਆ, ਦਰਵੇਸ਼ ਦਾ ਦਰਜਾ ਖਿਡਾਰੀ ਵੀਰਾਂ ਨੇ ਉਹਨਾਂ ਨੂੰ ਦਿੱਤਾ, ਅਤੇ ਬਹੁਤ ਸੰਤ ਮਹਾਤਮਾ ਜੋ ਆਦਮੀ ਹੈ ਸਰਦਾਰ ਮੋਹਨ ਸਿੰਘ ਬਾਦਲ, ਅਤੇ ਸਾਨੂੰ ਵੀ ਅੱਜ ਦਰਸ਼ਨ ਹੋਏ ਆ ਜੀ ਉਹਨਾਂ ਦੀ ਡਾਇਰੀ ਨੂੰ ਹੱਥ ਲਾਉਣ ਨੂੰ ਮੌਕਾ ਮਿਲਿਆ, ਮਿਲੇ ਵੀ ਉਹਨਾਂ ਨੂੰ, ਬਹੁਤ ਚੰਗੇ ਇਨਸਾਨ ਹੈ। ਅਤੇ ਸੋ ਜਿੰਨੀਆਂ ਵੀ ਕਬੂਤਰਬਾਜੀ ਦੀਆਂ ਗੱਲਾਂ, ਪਾਣੀ ਬਾਰੇ, ਗੁੜ ਬਾਰੇ, ਸਭ ਕੁਛ ਇਹਦੇ ਵਿੱਚ ਕੈਦ ਹੈ, ਕੁਛ ਜੋੜੇ ਵੀ ਲਿਖੇ ਆ। ਅਤੇ ਬੜਾ ਵਧੀਆ ਜੋ ਰਾਹੁਲ ਵੀਰ ਨੂੰ ਮਿਲਿਆ ਜੀ, ਥੋੜ੍ਹੀ ਜਿਹੀ ਵਿਖਾਰੀ ਹੈ ਜੀ ਖੋਲ ਕੇ, ਇੰਨੀ ਉਹਨਾਂ ਦੇ ਹੱਥ ਨਾਲ ਲਿਖਿਆ ਹੋਇਆ ਜੀ ਰਘਬੀਰ ਸਿੰਘ ਬਾਦਲ। ਸੋ ਸੰਨ 1969 ਅਤੇ 70 ਦੀ ਇਹ ਡਾਇਰੀ ਹੈ ਜੀ, ਖਜ਼ਾਨੇ ਥੋੜ੍ਹੀਆਂ ਜਿਹੀਆਂ ਫੋਟੋਆਂ ਖਿੱਚ ਕੇ ਲੈ ਕੇ ਜਾਵਾਂਗੇ ਜੀ ਵਿੱਚੋਂ ਅਸੀਂ ਵੀ, ਬਾਕੀ ਬਹੁਤ ਕੰਮ ਆਉਣ ਵਾਲੀਆਂ ਗੱਲਾਂ ਜੀ। ਅਤੇ ਬਹੁਤ ਵਧੀਆ ਗੱਲ ਹੈ ਤੁਹਾਡੇ ਕੋਲ ਇਹ ਡਾਇਰੀ ਅੱਜ ਪਹੁੰਚੀ ਹੈ, ਤੁਹਾਨੂੰ ਕਿਵੇਂ ਮਿਲੀ ਇਹ ਡਾਇਰੀ? ਇਹ ਜੀ ਮੇਰੇ ਭੂਆ ਜੀ ਸਰਦਾਰ ਮੋਹਨ ਸਿੰਘ ਬਾਦਲ ਦੇ ਘਰੋਂ ਜੀ, ਉਹਨਾਂ ਨੇ ਮੈਨੂੰ ਉਹ ਸਫਾਈ ਕਰਾਉਣ ਗਏ ਸੀ ਜੀ ਉੱਥੇ ਚੱਕ ਬਾਦਲ ਜੀ, ਉਹਨਾਂ ਨੂੰ ਇਹ ਡਾਇਰੀ ਉੱਥੋਂ ਮਿਲੀ ਪਈ ਜੀ। ਅਤੇ ਫਿਰ ਉਹਨਾਂ ਨੇ ਸੁਨੇਹਾ ਲਾਇਆ ਵੀ ਬੇਟਾ ਤੇਰੇ ਵਾਸਤੇ ਮੇਰੇ ਕੋਲ ਇੱਕ ਚੀਜ਼ ਆ। ਫਿਰ ਮੈਂ ਗਿਆ ਚੰਡੀਗੜ੍ਹ 70 ਸੈਕਟਰ, ਮੈਂ ਅਤੇ ਸੁੱਖਾ ਬਾਈ ਆਪਣਾ ਚੰਡੀਗੜ੍ਹ ਵਾਲਾ ਜੀ, ਅਸੀਂ ਦੋਵੇਂ ਜਾ ਕੇ ਆ ਡਾਇਰੀ ਲੈ ਕੇ ਆਏ ਸੀ। ਠੀਕ ਹੈ ਜੀ, ਬਾਈ ਜੀ ਉਹਨਾਂ ਦੇ ਬੇਟੇ ਪੋਂਪੀ ਬਾਦਲ ਹਾਂਜੀ ਫੇਸਬੁੱਕ 'ਤੇ ਵੀ ਮੇਰੇ ਨਾਲ ਹੈਗੇ ਆ, ਬੜੀ ਖੁਸ਼ੀ ਹੋਊਗੀ ਅੱਜ ਉਹਨਾਂ ਨੂੰ ਵੀ, ਬਾਈ ਜੀ ਪੋਂਪੀ ਬਾਦਲ ਅਤੇ ਉਹਨਾਂ ਦੇ ਛੋਟੇ ਬੇਟੇ ਦਾ ਨਾਮ ਜੀਵਨ ਬਾਈ, ਜੀਵਨ ਬਾਈ ਜੀ ਨੂੰ ਬੜੀ ਖੁਸ਼ੀ ਹੋਊਗੀ ਕਿ ਅੱਜ ਉਹਨਾਂ ਦੇ ਪਿਤਾ ਜੀ ਦੀ ਜਿਹੜੀ ਇੱਕ ਆਪਾਂ ਸਾਰੀ ਜ਼ਿੰਦਗੀ ਦੀ ਕਮਾਈ ਕਹਿ ਸਕਦੇ ਹਾਂ ਇਸ ਡਾਇਰੀ ਨੂੰ ਕਬੂਤਰਬਾਜੀ ਦੀ, ਉਹ ਅੱਜ ਬਾਈ ਰਾਹੁਲ ਕੋਲ ਹੈ। ਸੋ ਬਹੁਤ ਬਹੁਤ ਮੁਬਾਰਕਾਂ ਜੀ, ਤੁਹਾਡੇ ਕੋਲ ਖਜ਼ਾਨਾ ਜਿਹੜਾ ਮਿਲ ਗਿਆ ਉਹਨਾਂ ਦੇ ਹੱਥ ਦਾ। ਧੰਨਵਾਦ ਜੀ, ਅਤੇ ਬਹੁਤ ਤਰੱਕੀਆਂ ਕਰੋ ਤੁਸੀਂ ਕਬੂਤਰਬਾਜੀ ਦੇ ਵਿੱਚ।
काफी अपने राहुल वीर दे फ्रेंड रिश्तेदार आए है जी। थोड़ी जी झलक दिखाओ सब तो पहला इधरों वीर तो करो स्टार्ट। महान हस्तियां भाई नैब हराज थोड़ा ना जरूर बोलो। चलो जी उच्ची सुखा पथराला जी सुखा पथराला भाई खाली खरड़ जी इधर साढ़े वीर बहुत ही प्यारे जे वीर राहुल गंगा दे बहुत नजदीकी भाई जी सुखा चंडीगढ़ जी। श्रीकाल जी सारे जिदा मेरी वीडियो लाइक की है जी तो राहुल दी भी जी लाइक करो जी। श्रीकाल जी सारे जी बहुत नजदीकी भाई दे फ्रेंड दे नाल गोखी भाई जी अपने वीर दा काफ़ी ना गोखी वीर दा सुनिया सी गोखी पद्दी हाँ जी पिंड इन्हां दा पद्दी लुधियाणा जिला हाँ जी हाँ जी। वीर भी चल के आया जी राहुल वीर को अज मौका मिलया वीर नूं पहली बारी मिले जी काफ़ी सुनिया सी वीर दा नाम तो वधिया फ्रेंड है जी तुहाडा राहुल बहुत वधिया काफ़ी तीन चार साल तो जी साडा वधिया प्यार है जी 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 हाँ जी तो नाल भी वीर आए आ क्योंकि आपका पहचान पत्र पहले ही दे दें थोड़ा जहा पिछे हो जाते कबूतर शौक शायद उन्होंने हो रहा है अपने वीर पहला भी मिला चुके हैं थोनू बलजिंदर सिंह जी के नाल ही उन्होंने अपने राहुल वीर के मासी जी के बेटे इन्होंने भी बहुत शौक है जी कबूतरबाजी का फार्म हाउस बनाया इन्होंने बठिंडे के कदे दर्शन करावे थोनू उतों के भी बड़ा वधिया जिवें राहुल वीर के खुडे है उवें इन्होंने खुडे बनाए कुछ कहना चाहोगे जी बस बहुत वधिया लगे जी आके जी बहुत शौक है जी दस दिए कि एस जी ओ बिजली बोर्ड कितने जी सर्विस हूँ बठिंडा ही है जी बठिंडा ही क्योंकि किसी को लोड़ भी पै सकती है ना दस दिए ठीक है जी बहुत बहुत बधाई जी थानू अकॉर्डिंग भी आ तीसरी बाजी है जी कोटली धरने के पिंड जी मोटरसाइकिल आप को देना जी मोटरसाइकिल सैकड़ा चाहे फ्रिज रख दिए चाहे कोई भी नाम जो भी कहें भी कई मत बंद कहें भी फ्रिजा घर घर हो गई उदू बेहतर है भी जो आप 12-13 हज़ार की फ्रिज होगी आप फ्रिज ना लेके लिया चौखा जोड़ा दूजे नंबर पर रहू पुत्र आप कीमत दे दी जो इतने नकद पैसे भी अगले दिन भी कम आए जो आप नाम जो बिन लोड़ी चीज आती है घर अपने कदर नहीं होंगी पैसे ना कोई चीज़ ला लो भाई जी ब्राड बाई जी साढ़े पहुँचे है राहुल गंगा दे बहुत ही वधिया फ्रेंड है बाई जी गुरप्रीत जो कि जगनंदन सिंह विड़ंग दे बेटे है जी इन्हों बहुत शौक है बड़ा वधिया इन्होंने एक क्लब बनाया जी पिछले किड़े किनिया बाजिया आप रखिया सी जी चार शायद दो मोटरसाइकिल दूसरे से बहुत वधिया जिहड़ा इंसाफ बाजिया का करवाउंदे वीर जी बहुत वधिया इन्हों का क्लब है जी तो साढ़े अंकल जी गुरप्रीत सिंह वीर जी दे फादर जगनंदन सिंह विड़ंग बहुत शौक है जी उन्होंने भी बाजिया का तो सत श्रीकाल कर दें अंकल जी ने शायद वेख रहे हो गए वो तो नाल ही वीर होर पहुँचे आप भी होना है जी की नाम है जी अपना शमिंदर सिंह शमिंदर सिंह कि पिंड है जी नंदगढ़ जी नंदगढ़ जी वीर जी नंदगढ़ तो होर कि वीर आया वाह जी वाह बाई जी निशान भाग सर तो पहला भी तुम अपने जो बाई जी मिक्की गामी वाला इंटरव्यू हुई सी आए थ तो बहुत वधिया कबूतरबाजी मतलब जिहड़ा अगे लैके जा रहे साडे मुक्तसर एरिए तो जिहड़ी इन्हां कोले खेड है बहुत वधिया कबूतर बहुत वधिया है ये भी इन्हां दे क्लब दे जिहड़े है नाल मैंबर है बाई जी गुरप्रीत बाई जी राहुल ये सारे इकट्ठे कबूतर डाउंदे है जी बड़ी खुशी हुई अज तुहानूं वी इत्थे देख के सानूं
ਤੇ ਥੋੜ੍ਹੀ ਜਿਹੀ ਝਲਕ ਮਰਾਓ ਜੀ ਇਹਨਾਂ ਦੇ ਕਬੂਤਰਾਂ ਦੇ ਵੀਰ ਦੇ ਜਿਹੜੇ ਕਿਆ ਖੁੱਡੇ ਬਣਾਏ ਰਾਹੁਲ ਜੀ ਇਹ ਤੁਸੀਂ ਜੋੜੀਆਂ ਵਾਸਤੇ ਅਲੱਗ ਅਲੱਗ ਬਣਾਏ ਆ ਹਾਂਜੀ ਇਹ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਵਾਂਗੇ ਜੀ ਜਿਹੜੀਆਂ ਜਿਹੜੀਆਂ ਇਹਨਾਂ ਨੇ ਨਸਲਾਂ ਰੱਖੀਆਂ ਇਹ ਖੁੱਡੇ ਅਲੱਗ ਅਲੱਗ ਬਣਾਉਣ ਦਾ ਕੀ ਕਾਰਨ ਹੈ ਥੋੜ੍ਹਾ ਜਿਹਾ ਇਹਦੇ ਰਾਹ ਤੇ ਚਾਨਣਾ ਪਾਓ ਇਹ ਜੀ ਅਕਸਰ ਆਪਾਂ ਦੇਖਦੇ ਰਹਿੰਦੇ ਸੀਗੇ ਵੀ ਕਬੂਤਰ ਮਿਸ ਪੈ ਜਾਂਦੀ ਹੈ ਜੀ ਬੱਚੇ ਕਢਾਉਣੇ ਆ ਜਿਹੜੇ ਮੰਨ ਲਓ ਇਨਬਰੀਡ ਹੋ ਜਾਂਦੇ ਸੀ ਜੀ ਤਾਂ ਉਹਨਾਂ ਨੂੰ ਮੰਨ ਲਓ ਪਿਓਰ ਕਰਨ ਵਾਸਤੇ ਵੀ ਜਿਹੜਾ ਵੀ ਜੋੜਾ ਲਾਵਾਂਗੇ ਉਹ ਬੱਚੇ ਜਮ੍ਹਾਂ ਸਹੀ ਕੱਢੇ ਤਾਂ ਉਹਨਾਂ ਵਾਸਤੇ ਮੈਂ ਆਹ ਸਿਸਟਮ ਬਣਾਇਆ ਬਹੁਤ ਵਧੀਆ ਸਰਦਾਰ ਮੋਹਨ ਸਿੰਘ ਬਾਦਲ ਵੀ ਜਦੋਂ ਬੱਚੇ ਕਢਾਉਂਦੇ ਸੀ ਤਾਂ ਜੀ ਉਹ ਅੱਡ ਅੱਡ ਜੋੜੇ ਲਾ ਕੇ ਛੋਟੇ ਛੋਟੇ ਖੁੱਡੇ ਬਣਾਏ ਸੀ ਉਹਨਾਂ ਵਿੱਚ ਬੱਚੇ ਕਢਾਉਂਦੇ ਸੀ ਤਾਂ ਮੇਰੇ ਵੀ ਦਿਲ 'ਚ ਸੀਗਾ ਵੀ ਮੈਂ ਐਂ ਬਣਾਵਾਂ ਤਾਂ ਕਰਕੇ ਫਿਰ ਮੈਂ ਉਵੇਂ ਬਣਾਇਆ ਠੀਕ ਹੈ ਲਓ ਜੀ ਵੀਡੀਓ ਰਾਹ ਰੂਹ ਪੁੱਛਣਾ ਲੱਗ ਰਿਹਾ ਨੇ ਢੇਰੀ ਆਈ ਜਾਂਦੇ ਮਗਰ ਰਾਹ ਹੁਣ ਦਾਤਾ ਜੀ ਦਾ ਮੈਨੂੰ ਪੁੱਛ ਲਿਆ ਕਿੱਥੇ ਆ ਗਏ ਉਹ ਆ ਗਏ ਉੱਥੇ 20 ਮਿੰਟ ਆ ਗਏ ਖੋਲ ਕੇ ਜੂਮ ਕਰੀ ਉਹ ਆ ਜਾਂਦੇ ਇਹ ਜੋੜੀਆਂ ਸਾਰੀਆਂ ਜੋੜੀਆਂ ਜੀ ਕਬੂਤਰ ਕੁੱਤਿਆਂ ਵਾਲੀ 2000 ਕੇ ਕਿਹੜਾ ਸਨ ਸੀਗਾ ਉਦੋਂ ਵੀਰ 2011 ਦੇ ਵਿੱਚ ਪਿੰਡ ਕੁੱਤਿਆਂ ਵਾਲੀ ਆ ਕਬੂਤਰ ਜੋ ਤੁਹਾਨੂੰ ਦਿਸ ਰਿਹਾ ਜੀ ਚੀਨਾ ਚੀਨਾ ਰਿਹਾ ਸੀਗਾ ਜੀ ਕਬੂਤਰ ਦੂਜੇ ਨੰਬਰ 'ਤੇ ਸੀ ਜੀ ਦੂਜੇ ਨੰਬਰ 'ਤੇ ਰਿਹਾ ਸੀਗਾ ਕਿਹੜੇ ਸ਼ਾਖ ਹੈ ਰਤਾ ਸ਼ਾਖ ਆ ਇਹ ਤੇ ਜੂਮ ਕਰੀਏ ਉਹ ਤੋਂ ਬਾਅਦ 13 ਸਾਲਾਂ ਦਾ ਅਕਾਲੀ ਇਹ ਵੀ ਹੈ ਦੋਵੇਂ ਵਿੱਚ ਠੀਕ ਹੈ ਠੀਕ ਹੈ
ਜੀ ਜਦੋਂ ਦੇ ਆਪਣੇ ਕਬੂਤਰ ਰੱਖੇ ਆ ਉਦੋਂ ਦਾ ਆਪਣੇ ਕੋਲ ਇੱਕ ਕਬੂਤਰ ਹੈ ਜੀ ਜੀ ਅਸੀਂ ਬੱਚਿਆਂ ਤੋਂ ਚੱਕ ਕੇ ਬਾਜੀ ਛੱਡਤਾ ਸੀ ਇੱਕ ਕਬੂਤਰ ਜੀ ਅਤੇ ਉੱਡਿਆ ਬਹੁਤ ਜ਼ਿਆਦਾ ਪਰ ਤੀਜਾ ਹਰ ਗਿਆ ਸੀਗਾ ਜਗਮਾਲ ਵਾਲੀ ਪਰ ਘਰੇ ਵੀ ਬਾਜੀਆਂ ਨਿਬੇੜਦਾ ਸੀ ਅਤੇ ਇਹਦੇ ਬੱਚੇ ਵੀ ਅੱਜ ਤੱਕ ਕੋਈ ਵੀ ਨਹੀਂ ਹਰਿਆ ਪਿਓਰ ਧੰਨੇ ਬਾਬੇ ਵਾਲਾ ਕਬੂਤਰ ਜਿਹੜੇ ਪੰਜਾਬ ਦੇ ਵਿੱਚ ਨਸਲ ਮਸ਼ਹੂਰ ਆ ਉਹਨਾਂ ਦਾ ਜੀ ਕਿਹੜੀ ਥਾਂ ਲੈ ਕੇ ਆਇਆ ਇਹਦਾ ਬਾਪ ਲੈ ਕੇ ਆਇਆ ਸੀ ਜੀ ਮੈਂ ਬੇਗੇ ਲਹਿਰੇ ਤੋਂ ਸੀਰਾ ਸੀਰਾ ਸੀਗਾ ਉਹਦੇ ਕੋਲੋਂ ਆਇਆ ਸੀ ਇਹਦਾ ਬਾਪ ਅਤੇ ਘਰੇ ਬੱਚਾ ਕਢਾਇਆ ਸੀਗਾ ਯਾਦ ਮਿੱਠੜੀ ਨੇ ਜੀ ਉੱਥੋਂ ਹੀ ਅਸੀਂ ਜੀ ਉਦੋਂ ਬਾਜੀਆਂ ਇਕੱਠੀਆਂ ਛੱਡਦੇ ਸੀ ਉੱਥੋਂ ਬਾਜੀ ਛੱਡਿਆ ਸੀ ਅਤੇ ਉਦੋਂ ਬਾਅਦ ਮੈਂ ਲਿਆਉਂਦਾ ਸੀ ਮੰਨ ਲਓ ਆਪਾਂ ਇੱਕ ਵਾਰੀ ਕਬੂਤਰ ਛੱਡਤੇ ਸੀ ਦੁਬਾਰਾ ਰੱਖੇ ਆ ਜਦੋਂ ਉਦੋਂ ਆਪਾਂ ਨੂੰ ਇਹੀ ਸੀਗਾ ਵੀ ਜੇ ਕਬੂਤਰ ਮਿਲਿਆ ਤਾਂ ਕਬੂਤਰ ਰੱਖਾਂਗੇ ਨਹੀਂ ਰੱਖਦੇ ਜੀ ਮੰਨ ਲਓ ਆਪਣਾ ਫੇਵਰੇਟ ਜਿਹੜਾ ਕਬੂਤਰ ਬਹੁਤ ਹੀ ਵਧੀਆ ਨਸਲ 'ਚੋਂ ਬਾਬਾ ਜੀ ਧੰਨਾ ਮਹਿਰਾਜ ਉਹਨਾਂ ਦੀ ਨਸਲ 'ਚੋਂ ਹੈ ਜੀ ਅਤੇ ਕਿਹੜੀ ਕਬੂਤਰੀ ਨਾਲ ਜੋੜ ਲਾਇਆ ਵੀਰ ਇਹਦਾ ਇਹਦਾ ਜੀ ਦਿਆਲੀ ਹੈ ਸ਼ਾਹ ਖੰਡਿਆ ਵਿੱਚ ਠੀਕ ਹੈ ਜੀ ਇਹਦਾ ਇਹ ਕਬੂਤਰੀ ਹੈ ਜੀ ਇਹਦੇ ਨਾਲ ਲੱਗੀ ਰੱਤੇ ਨਾਲ ਅਤੇ ਦਿਆਲੇ ਕਬੂਤਰ ਮਸ਼ਹੂਰ ਹੋਏ ਸੀਗੇ ਅਤੇ ਉਹਨਾਂ ਦੀ ਪਿਓਰ ਕਬੂਤਰੀ ਹੈ ਜੀ ਆਪਣੇ ਵੀਰ ਭਰਾ ਹੈ ਸਿੰਘਪੁਰੇ ਤੋਂ ਸਤਵੰਤ ਉਹਨਾਂ ਤੋਂ ਆਈ ਹੈ ਜੀ ਇਹ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਵਧੀਆ ਬੱਚੇ ਉੱਡੇ ਆ ਇਸ ਸਾਲ ਵੀ ਬਾਜੀਆਂ ਦਿੱਤੇ ਆ ਅਤੇ ਹੁਣ ਫਿਰ ਬੱਚੇ ਕੱਢੀ ਬੈਠੇ ਆ ਕਬੂਤਰ ਬੈਠਾ ਜੀ ਲਾਲ ਘੰਡ ਵਾਲਾ ਇਹ ਪਿਓਰ ਮੀਰਾ ਕਬੂਤਰ ਹੈ ਹੋਰ ਵੀ ਸੱਜਣਾ ਮਿੱਤਰਾਂ ਕੋਲ ਹੋਣਗੇ ਪਰ ਆਪਣੇ ਗੋਡੇ ਦੇ ਵਿੱਚ ਆ ਸਭ ਤੋਂ ਪਿਓਰ ਮੀਰਾ ਇਹ ਜੌਨੀ ਰੱਥੜੀਆਂ ਵਾਲੇ ਨੇ ਆਪਾਂ ਨੂੰ ਬੱਚਾ ਦਿੱਤਾ ਸੀ 10 ਸਾਲ ਪਹਿਲਾਂ ਹੱਥੀ ਪਾ ਕੇ ਮੈਂ ਇਹਨੂੰ ਤਿਆਰ ਕੀਤਾ ਅਤੇ ਬਹੁਤ ਹੀ ਜ਼ਿਆਦਾ ਇਹਦੀ ਪੱਠੀ ਉੱਡੀ ਸੀ 3200 'ਚ ਹਰਕੇ ਵਾਲੇ ਹਾਰ ਕਲੱਬ 'ਚ ਐਂਟਰੀ ਵਾਲੀ ਬਾਜੀ ਸੀ ਅਤੇ ਚਾਰ ਕਬੂਤਰਾਂ ਦੀ ਸਾਂਝੀ ਹੋਈ ਸੀ ਅਤੇ 3200 'ਚ ਇਹਦੀ ਪੱਠੀ ਉੱਡੀ ਸੀ ਰੰਗੀਆਂ ਵੀ ਛੱਡਿਆ ਸੀਗਾ ਪਰ ਪਿਛਲੇ ਟਾਈਮ 'ਚ ਚੜਿਆ ਹੋਰ ਕੋਈ ਇਹਨਾਂ ਜਿਹੜੇ ਖਾਸ ਕਬੂਤਰ ਆਪਣੇ ਖਾਸ ਜੀ ਆ ਕਬੂਤਰੀ ਹੈ ਕਾਲਸਰੀ ਅਤੇ ਪਿਓਰ ਕਾਕੇ ਵਾਲੇ ਕਬੂਤਰ ਜਿਹੜੇ ਮਸ਼ਹੂਰ ਹੋਏ ਆ ਮੋਦੀ ਉਹਨਾਂ ਦੀ ਹੈ ਇਹਦੀ ਭੈਣ 2 ਵਾਜੀਆਂ ਜਿੱਤੀ ਇਸ ਸਾਲ ਆਪਣੀ ਕੋਲ ਇਹ ਮੈਂ ਰੱਖਦੀ ਸੀ ਰਾਹੁਲ ਆ ਮੇਰੇ ਉਸਤਾਦ ਜੀ ਤੋਂ ਆਇਆ ਜੀ ਕਬੂਤਰ ਚਿੱਟੀਆਂ ਅੱਖਾਂ ਦਾ ਕਾਲੀ ਕਾਂਡ ਕਰੀ ਜਾਂਦੀ ਇਹ ਜਿਹੜੇ ਕਾਕੇ ਵਾਲੇ ਕਬੂਤਰ ਮਸ਼ਹੂਰ ਹੋਏ ਸੀ ਉਹਨਾਂ 'ਚੋਂ ਮੋਤੀਆਂ ਚਿੱਟੀਆਂ ਬੁਖਾਰੇ ਤੁਹਾਨੂੰ ਵੀਰ ਰਾਹੁਲ ਦੇ ਕਬੂਤਰ ਬਾਕੀ ਚਾਨਣਾ ਤੁਹਾਨੂੰ ਨੇੜੇ ਜੂਮ ਕਰਕੇ ਕਬੂਤਰਾਂ ਦੀ ਡਿਟੇਲ ਬਾਰੇ ਦੱਸਾਂਗੇ ਉਹ ਸ਼ਾਖਾ ਲਾਲ ਜੀ ਨਾਲ ਜੀ ਵਖਰਾਣੀ ਜਿੱਤਿਆ ਸੀ ਜੀ ਪਿਛਲੇ ਸਾਲ ਇਹ 1000 ਵਾਲਿਆਂ ਦਾ ਅਤੇ 1900 ਵਾਲਿਆਂ ਦਾ ਆਹ ਜਿਹੜੇ ਬਗਰਾੜੀ ਵਾਲੇ ਕਬੂਤਰ ਸੀਗੇ ਡੱਕਿਆਂ ਵਾਲੇ ਜੀ ਇਹ ਉਹਨਾਂ ਦਾ ਪਿਓਰ ਨਾਲ ਹੈ ਜੀ ਇਹਦਾ ਪੁੱਤ ਹੈ ਕਿ ਡੋਗ ਜਿੱਤਿਆ ਅਤੇ ਸ਼ੇਰ ਸਿੰਘ ਵਾਲੇ ਵੀ ਬਹੁਤ ਚੰਗਾ ਉੱਡਿਆ ਕੁੱਤਿਆਣੀ ਵਾਲਾ ਕਬੂਤਰ ਤੁਸੀਂ ਦੇਖ ਹੀ ਲਿਆ ਪੌਣੇ 4 ਵੀ ਫਿਰਦੀ ਸੀ ਆਪਣੀ ਕੱਲੀ ਇਸ ਕਬੂਤਰ ਦੀ ਪੱਠੀ ਸੀ ਇਹ ਸਰਦਾਰ ਮੋਹਨ ਸਿੰਘ ਵਾਲੇ ਕਬੂਤਰਾਂ ਚੋਂ ਇਹਦਾ ਬਾਪ ਉਹਨਾਂ ਦੇ ਘਰੋਂ ਆਇਆ ਬਗਿਆੜ ਕਬੂਤਰ ਮਸ਼ਹੂਰ ਹੋਏ ਸੀ ਉਹਨਾਂ ਦੇ ਉਹਨਾਂ ਤੋਂ ਆਪਾਂ ਬੱਚੇ ਕਢਾਉਣ ਨਹੀਂ ਲਿਆਉਂਦੇ ਗੁੱਲਾ ਟੱਪਾ ਕਬੂਤਰ ਜੀ ਧੰਨੇ ਵਾਲਿਆਂ 'ਚੋਂ ਪਿਓਰ ਲਾਲ ਚੀਨਿਆਂ 'ਚੋਂ ਇਹਦੇ ਬੱਚੇ ਵੀ ਬਹੁਤ ਉੱਡਦੇ ਆਪਣੇ ਕੋਲ ਚੰਗਾ ਰਿਜ਼ਲਟ ਹੈ ਇਹ ਬੇਗੇ ਲਹਿਰੇ ਤੋਂ ਹੀ ਆਇਆ ਸੀ ਕਬੂਤਰ ਅਤੇ ਵੱਡਾ ਕਬੂਤਰ ਹੈ ਜੀ ਇਹ ਕਾਕੇ ਵਾਲੀ ਕਬੂਤਰੀ ਨਾਲ ਬੱਚੇ ਕਰ ਪਿਓਰ ਧੰਨੇ ਵਾਲਾ ਪੰਜ 6 ਦਿਨ ਹੋ ਗਏ
हाँ जी हुण आपां राहुल वीर दे जिहड़े जोड़ां वास्ते ने खुड्डे बनाए उन्हां दे विच आपां जिहड़ा जाल है खड़े हैं इस दे विच 14 कुल जोड़ियां ते 14 ही खुड्डे बनाए हुए है वीर ने सब तो पहला आपां एक नंबर तो स्टार्ट करदे हां राहुल वीर ते अपने नाल बई जी निशान पाक सर बई जी गुरप्रीत ते बई जी गोखी पद्दी छोटे उस्ताद जी ਦੇ ਨਾਲ ਇੱਕ ਸਾਡੇ ਵੀਰ ਸੁੱਖਾ ਚੰਡੀਗੜ੍ਹੀਆ ਵੀ ਤੁਰੇ ਆਉਂਦੇ ਆ ਸਭ ਤੋਂ ਪਹਿਲਾਂ ਸਾਨੂੰ ਇੱਕ ਨੰਬਰ ਖੁੱਡੇ ਦੀ ਜਾਣਕਾਰੀ ਦਿਓ ਜੀ ਕਿਹੜੀ ਤੁਸੀਂ ਜਿਹੜੀ ਹੈ ਬਰੀਡ ਤਾੜੀ ਹੋਈ ਆ